ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਚਰਚਾ ਜਿੱਥੇ ਪਹਿਲਾਂ ਮੱਠੀ ਪੈਂਦੀ ਨਜ਼ਰ ਆ ਰਹੀ ਸੀ, ਲੰਘੇ ਕੱਲ ਤੋਂ ਦੁਬਾਰਾ ਤੇਜ਼ ਹੋ ਗਈ ਹੈ। ਔਰ ਇਸ ਚਰਚਾ ਦੇ ਵਿੱਚ ਇੱਕ ਨਵਾਂ ਤੱਥ ਆਣ ਜੁੜਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ, ਜਿਹਨੂੰ ਸਮਸਤ ਪੰਜਾਬ ਪੁਲਿਸ, ਜਿਹਨੂੰ ਸੀਐਮ ਭਗਵੰਤ ਮਾਨ, ਯਾਨੀ ਕਿ ਸਾਰੀ ਦੀ ਸਾਰੀ ਪ੍ਰਸ਼ਾਸਨਿਕ ਪ੍ਰਣਾਲੀ ਇਹ ਦੱਸਦੀ ਸੀ ਕਿ ਇਹ ਪੰਜਾਬ ਦੇ ਵਿੱਚ ਨਹੀਂ ਕੀਤੀ ਗਈ, ਉਹ ਆਖਿਰਕਾਰ ਪੰਜਾਬ ਦੇ ਵਿੱਚ ਹੀ ਨਿਕਲੀ। ਖਰੜ ਦੇ ਸੀਆਈਏ ਸਟਾਫ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਹੈ, ਇਸ ਗੱਲ ਦਾ ਦਾਅਵਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਸਵਾਲ ਖੜਦੇ ਨੇ ਸੀਐਮ ਭਗਵੰਤ ਮਾਨ ਤੇ, ਸਵਾਲ ਖੜਦੇ ਨੇ ਡੀਜੀਪੀ ਗੌਰਵ ਯਾਦਵ ਦੇ ਉੱਤੇ, ਸਵਾਲ ਖੜਦੇ ਨੇ ਉਸ ਐਂਟੀ ਗੈਂਗਸਟਰ ਟਾਸਕ ਫੋਰਸ ਉੱਤੇ ਜਿਹੜੀ ਸਪੈਸ਼ਲੀ ਗੈਂਗਸਟਰਾਂ ਦੇ ਨਾਲ ਨਜਿੱਠਣ ਵਾਸਤੇ ਬਣਾਈ ਗਈ ਸੀ। ਬੜੀਆਂ ਗੱਲਾਂ ਨੇ, ਬੜੇ ਬੜੇ ਅਧਿਕਾਰੀ ਇਸ ਦੇ ਵਿੱਚ ਸਾਹਮਣੇ ਆ ਰੱਖੇ ਨੇ ਜਿਹੜੇ ਖਾਸ ਕਰਕੇ ਲਾਰੈਂਸ ਬਿਸ਼ਨੋਈ ਨੂੰ ਇੰਟੈਰੋਗੇਟ ਕਰ ਰਹੇ ਹੁੰਦੇ ਨੇ, ਜਿਹੜੇ ਲਗਾਤਾਰ ਉਹਨੂੰ ਹਾਈ ਸਿਕਿਉਰਿਟੀ ਜੇਲ੍ਹਾਂ 'ਚ ਰੱਖ ਰਹੇ ਹੁੰਦੇ ਨੇ, ਪਰ ਇਸ ਦੇ ਬਾਵਜੂਦ ਸਾਰਾ ਕੁਝ ਸਾਹਮਣੇ ਆ ਜਾਂਦਾ, ਇੰਟਰਵਿਊਆਂ ਹੋ ਜਾਂਦੀਆਂ ਨੇ, ਕਿੱਦਾਂ ਹੋਈਆਂ, ਕਿੰਨੇ ਕਰਾਈਆਂ। ਇਹ ਸਵਾਲ ਪਹਿਲਾਂ ਵੀ ਆਉਂ ਸੀ, ਹੁਣ ਵੀ ਆਉਂ ਹੈ, ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੁਣ ਇਸ ਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ, ਕਿਉਂਕਿ ਹੁਣ ਵੱਖਰੇ ਪੱਧਰ ਦੇ ਉੱਤੇ ਇਹਦੀ ਚਰਚਾ ਸ਼ੁਰੂ ਹੋ ਗਈ ਹੈ। ਸਾਡੇ ਨਾਲ ਜੋ ਸ਼ਖਸ ਮੌਜੂਦ ਨੇ, ਜੇਲ੍ਹਾਂ ਉਹਨਾਂ ਵਾਸਤੇ ਕੋਈ ਨਵੀਆਂ ਨਹੀਂ, ਜੇਲ੍ਹਾਂ ਨੂੰ ਉਹ ਜਾਣਦੇ ਨੇ, ਜੇਲ੍ਹਾਂ 'ਚ ਉਹ ਰਹੇ ਹੋਏ ਨੇ, ਔਰ ਜੇਲ੍ਹ ਹੰਢਾ ਕੇ ਆਏ ਹੋਏ ਨੇ। ਸਰਦਾਰ ਭੁਪਿੰਦਰ ਸਿੰਘ ਸੱਜਣ ਮੇਰੇ ਨਾਲ ਮੌਜੂਦ ਨੇ, ਸੀਨੀਅਰ ਪੱਤਰਕਾਰ ਵੀ ਨੇ, ਔਰ ਖਾਸ ਕਰਕੇ ਇਸ ਮੈਟਰ ਦੇ ਉੱਤੇ ਦੱਸ ਸਕਦੇ ਨੇ ਸਾਨੂੰ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇਲ੍ਹ ਕਿਸ ਤਰ੍ਹਾਂ ਦੀ ਹੁੰਦੀ ਹੈ, ਜੇਲ੍ਹ ਦੇ ਅੰਦਰ ਕੀ ਹਾਲਾਤ ਹੁੰਦੇ ਨੇ, ਔਰ ਇੰਟਰਵਿਊਆਂ ਦਾ ਕੀ ਸਬੱਬ ਹੁੰਦਾ। ਸੱਜਣ ਜੀ, ਤੁਸੀਂ ਸਮਾਂ ਦਿੱਤਾ, ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੱਜਣ ਜੀ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ, ਸ਼ੁਰੂਆਤ ਵਿੱਚ ਤੁਸੀਂ ਵੀ ਜੇਲ੍ਹ ਵਿੱਚ ਰਹੇ ਹੋਏ ਹੋ, ਤੁਸੀਂ ਵੀ ਜੇਲ੍ਹ ਕੱਟੀ ਹੈ, ਜੇਲ੍ਹਾਂ ਦੇ ਵਿੱਚ ਇੰਟਰਵਿਊਆਂ ਕੀ ਇੰਨੀਆਂ ਸੌਖੀਆਂ ਹੁੰਦੀਆਂ? ਲਾਰੈਂਸ ਬਿਸ਼ਨੋਈ ਦੀਆਂ ਤਾਂ ਕਿੰਨੀਆਂ ਇੰਟਰਵਿਊਆਂ ਆ ਗਈਆਂ, ਤੁਹਾਡੀ ਮੈਨੂੰ ਲੱਗਦਾ ਇੱਕ ਵੀ ਨਹੀਂ ਆਈ ਅਜੇ ਤੱਕ। ਮੈਨੂੰ ਲੱਗਦਾ ਵੀ ਜੇ ਇਹ ਸਾਰਾ ਕੁਝ ਇਦਾਂ ਹੀ ਚੱਲਦਾ ਰਿਹਾ, ਇਦਾਂ ਅੰਦਰੋਂ ਇੰਟਰਵਿਊਆਂ ਹੁੰਦੀਆਂ ਰਹੀਆਂ, ਤੇ ਮੇਰੇ ਵਰਗੇ, ਮੈਂ ਤਾਂ ਮੰਗ ਕਰਨੀ ਚਾਹੂੰਗਾ ਕਿ ਇਹਨੂੰ ਸਗੋਂ ਪ੍ਰਵਾਨਗੀ ਦੇ ਦੇਣੀ ਚਾਹੀਦੀ ਆ ਕਾਨੂੰਨ ਤੌਰ ਦੇ ਉੱਪਰ, ਵੀ ਜਿਹੜੇ ਬੰਦੇ ਅੰਦਰ ਬੰਦ ਹੈਗੇ ਆ ਵੀ ਉਹ ਇੰਟਰਵਿਊ ਦੇ ਸਕਣ। ਮੈਂ ਇਹ ਪ੍ਰਵਾਨਗੀ ਤਾਂ ਮੰਗਦਾ ਕਿਉਂਕਿ ਸਾਡੇ ਵਰਗੇ ਜਾਂ ਜਿਹੜੀ ਸਾਡੀ ਸੋਚ ਵਾਲੇ ਹੈਗੇ ਆ, ਐਵੇਂ ਕਹਿ ਲਓ ਵੀ ਜਿਹੜੇ ਹੱਕ ਸੱਚ ਤੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਆ, ਐਵੇਂ ਕਹਿ ਲਓ ਕਿ ਜਿਹੜੇ ਇੱਥੋਂ ਦਾ ਸਿਸਟਮ ਠੀਕ ਕਰਨ ਦੇ ਚਾਹਵਾਨ ਹੈਗੇ ਆ ਦਿਲੋਂ, ਔਰ ਉਹਦੇ ਵਾਸਤੇ ਉਹਨਾਂ ਨੇ ਵੱਡੀਆਂ ਵੱਡੀਆਂ ਜੇਲ੍ਹਾਂ ਕੱਟੀਆਂ ਨੇ ਔਰ ਅੱਜ ਵੀ ਅੱਡ ਅੱਡ ਜੇਲ੍ਹਾਂ ਦੇ ਅੰਦਰ ਬੰਦ ਹੈ। ਇਹ ਮੈਂ ਮੰਗ ਇਸ ਕਰਕੇ ਚਾਹੁੰਦਾ ਹੈਗਾ ਵੀ ਇਹਨੂੰ ਸਿਰੇ ਚਾੜ ਦੇਣਾ ਚਾਹੀਦਾ ਤਾਂ ਕਿ ਉਹ ਵੀ ਜੇਲ੍ਹਾਂ ਦੇ ਵਿੱਚ ਬੈਠ ਕੇ ਆਪਣਾ ਪੱਖ ਰੱਖ ਸਕਣ। ਉਹਦੀ ਵਜ੍ਹਾ ਕਿਉਂਕਿ ਸਰਕਾਰਾਂ ਨੇ ਉਹਨਾਂ ਨੂੰ ਐਲਾਨਿਆ ਹੋਇਆ ਕਿ ਉਹ ਨੇ ਅੱਤਵਾਦੀ, ਸਰਕਾਰਾਂ ਨੇ ਉਹਨਾਂ ਨੂੰ ਐਲਾਨਿਆ ਹੋਇਆ ਕਿ ਉਹ ਦੇਸ਼ ਨੂੰ ਤੋੜਨ ਦਾ ਯਤਨ ਕਰਦੇ ਨੇ। ਇੱਥੋਂ ਦੀਆਂ ਹਕੂਮਤਾਂ ਨੇ ਦੱਸਿਆ ਹੋਇਆ ਕਿ ਜੇ ਉਹ ਜੇਲ੍ਹਾਂ 'ਚੋਂ ਬਾਹਰ ਆ ਜਾਣਗੇ ਤਾਂ ਉਹਨਾਂ ਨੇ ਪਤਾ ਨਹੀਂ ਕਿੰਨੀ ਕੁ ਹਨੇਰੀ ਲਿਆ ਦੇਣੀ ਆ। ਤੋ ਇਸ ਕਰਕੇ ਮੈਂ ਚਾਹੁੰਦਾ ਹੈਗਾ ਕਿ ਉਹ ਵੀ ਜੇਲ੍ਹਾਂ ਦੇ ਵਿੱਚੋਂ ਕਿਤੇ ਇੰਟਰਵਿਊਆਂ ਕਰਨ। ਇਸ ਕਰਕੇ ਮੈਂ ਚਾਹੁੰਦਾ ਇਹਨੂੰ ਤਾਂ ਸਰਕਾਰੀ ਤੌਰ ਦੇ ਉੱਪਰ ਇਹਨੂੰ ਕਾਨੂੰਨੀ ਤੌਰ 'ਤੇ ਪ੍ਰਵਾਨਗੀ ਦੇ ਦੇਣੀ ਚਾਹੀਦੀ ਆ ਭਾਈ। ਮੈਂ ਨਹੀਂ ਕਹਿੰਦਾ ਕਿ ਗਲਤ, ਮੈਂ ਤਾਂ ਕਹਿੰਦਾ ਵੀ ਠੀਕ ਆ, ਬਰਾਬਰਤਾ ਹੋਣੀ ਚਾਹੀਦੀ ਆ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੁੰਦੀ ਹੈ ਤਾਂ ਫਿਰ ਉਹਨਾਂ ਦੀਆਂ ਵੀ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਉਹ ਦੁਨੀਆ ਨੂੰ ਦੱਸ ਸਕਣ, ਕਿਉਂਕਿ ਜਦੋਂ ਉਹਨਾਂ ਦੀਆਂ ਇੰਟਰਵਿਊਜ਼ ਆਉਣਗੀਆਂ, ਜਦੋਂ ਉਹ ਬੜੇ ਪਿਆਰ ਦੇ ਨਾਲ, ਜਦੋਂ ਉਹ ਬੜੀ ਨਿਮਰਤਾ ਦੇ ਨਾਲ, ਜਦੋਂ ਉਹ ਆਪਣਾ ਪੱਖ ਰੱਖਣਗੇ, ਉਹਨਾਂ ਨੂੰ ਤਾਂ ਜਦੋਂ ਜੇਲ੍ਹਾਂ ਦੇ ਵਿੱਚ ਲੈ ਕੇ ਜਾਇਆ ਜਾਂਦਾ, ਅਸੀਂ ਭੁਗਤਿਆ ਹੋਇਆ ਜੀ ਸਾਰਾ ਕੁਛ। ਮੈਨੂੰ ਯਾਦ ਆ ਅੱਜ ਵੀ ਤੁਸੀਂ ਮੇਰੀ ਗੱਲ ਕੀਤੀ ਹੈ, ਮੈਨੂੰ ਚੇਤਾ ਆ ਗਿਆ ਕੁਦਰਤੀ, ਬਾਬੇ ਬਕਾਲੇ ਦਾ ਇੱਕ ਕੇਸ ਸੀਗਾ ਜੀ। ਪਹਿਲਾਂ ਬਾਬੇ ਬਕਾਲੇ ਕੇਸ ਚੱਲਿਆ, ਬਾਅਦ ਵਿੱਚ ਫਿਰ ਹਾਈ ਮਾਫ ਕਰਨਾ ਸੈਸ਼ਨ ਕੋਰਟ ਫਿਰ ਅੰਮ੍ਰਿਤਸਰ ਚਲ ਜਾਂਦਾ ਕਿਉਂਕਿ ਉੱਥੇ ਸੈਸ਼ਨ ਕੋਰਟ ਨਹੀਂ ਹੈ ਬਾਬੇ ਬਕਾਲੇ। ਉੱਥੇ ਕੇਸ ਚੱਲਦਾ ਸੀਗਾ ਅਤੇ ਜਦੋਂ ਨਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਸੰਨ 2009 ਦੀ ਗੱਲ ਆ ਜੀ, ਗੱਡੀ ਪੂਰੀ ਤਰ੍ਹਾਂ ਬੈਕ ਕਰਕੇ ਜੱਜ ਸਾਹਿਬ ਦੇ ਰੂਮ ਦੇ ਮੂਹਰੇ ਤੱਕ ਲੈ ਕੇ ਗਈ ਜਾਇਆ ਗਿਆ, ਔਰ ਉੱਥੇ ਜਿੰਨੇ ਵੀ ਪੱਤਰਕਾਰ ਸੀਗੇ, ਜਿੰਨਾ ਵੀ ਉੱਥੇ ਆਸੇ ਪਾਸੇ ਮੀਡੀਆ ਸੀਗਾ, ਉਹਨਾਂ ਉਸ ਮੀਡੀਆ ਨੂੰ ਸਾਡੇ ਲਾਗੇ ਨਹੀਂ ਆਉਣ ਦਿੱਤਾ ਗਿਆ।
ਉਹ ਇਹ ਚਾਹੁੰਦੇ ਹੁੰਦੇ ਆ ਵੀ ਇਹਨਾਂ ਦੇ ਨਾਲ ਕਿਤੇ ਮਾੜੀ ਮੋਟੀ ਅੱਖ ਵੀ ਉਹ ਰਲਾ ਨਾ ਲੈਣ, ਕਿਉਂਕਿ ਜੇ ਮੀਡੀਆ ਵਾਲੇ ਨੇ ਮਾੜੀ ਮੋਟੀ ਸਾਡੀ ਅੱਖ ਸਾਡਾ ਮਾੜਾ ਮੋਟਾ ਚਿਹਰਾ ਵੀ ਵਿਖਾਤਾ, ਕਿਤੇ ਅੱਖਾਂ ਦੇ ਨਾਲ ਹੀ ਇਸ਼ਾਰਾ ਕਰਕੇ ਉਹਨਾਂ ਨੂੰ ਦੱਸ ਨਾ ਦੇਣ ਕਿ ਸਾਡੇ ਨਾਲ ਕੀ ਵਾਪਰ ਰਿਹਾ, ਕਿਉਂਕਿ ਇੰਨਾ ਜ਼ਿਆਦਾ ਇੰਟਰੋਗੇਟ ਕੀਤਾ ਗਿਆ ਹੁੰਦਾ ਹੈਗਾ, ਕਾਨੂੰਨ ਦੀਆਂ ਧੱਜੀਆਂ ਰੱਜ ਕੇ ਉਡਾਈਆਂ ਗਈਆਂ ਹੁੰਦੀਆਂ ਨੇ। ਸਾਡੀ ਵਾਰੀ ਤਾਂ ਸਾਹਿਬ ਸਿੰਘ ਜੀ ਇੱਦਾਂ ਕਰਦੇ ਆ, ਉਹ ਕੋਰਟ ਦੇ ਵਿੱਚ ਦੋਵੇਂ ਬਾਹਾਂ ਫੜੀਆਂ ਕੀਤੀਆਂ ਫੜੀਆਂ ਹੁੰਦੀਆਂ ਆ, ਜੱਜ ਸਾਹਿਬ ਦੇ ਮੂਹਰੇ ਇੱਦਾਂ ਫੜ ਕੇ ਆਸਰਾ ਦੇ ਕੇ ਖੜਾ ਕੀਤਾ ਹੁੰਦਾ, ਜੱਜ ਸਾਹਿਬ ਪੁੱਛਦਾ ਕਿ ਫੇਟੋ, ਹੁਣ ਸਾਡੇ ਵਰਗੇ ਚੁੱਪ ਕੀਤੇ ਰਹਿੰਦੇ ਆ, ਸਾਡਾ ਵਕੀਲ ਉੱਥੇ ਜੇ ਸਵਾਲ ਵੀ ਕਰੇ ਵੀ ਜੱਜ ਸਾਹਿਬ ਤੁਸੀਂ ਇਉਂ ਕਰੋ ਵੀ ਇਹਨਾਂ ਨੂੰ ਆਖੋ ਵੀ ਇਹਨੂੰ ਛੱਡ ਦੇ, ਅਤੇ ਜੇ ਛੱਡ ਦੇ ਤਾਂ ਫਿਰ ਸਾਡੇ ਵਰਗਾ ਬੰਦਾ ਭੁੰਜੇ ਡੇਪੂੰਗਾ, ਕਿਉਂਕਿ ਲੱਤਾਂ ਵੀ ਤੋੜੀਆਂ ਹੁੰਦੀਆਂ ਅਤੇ ਬਾਹਾਂ ਵੀ ਭੰਨੀਆਂ ਹੁੰਦੀਆਂ ਆ, ਤਾਂ ਉੱਥੇ ਤਾਂ ਕੋਈ ਸਵਾਲ ਨਹੀਂ ਕਰਦਾ ਹੈਗਾ। ਤਾਂ ਇਸ ਕਰਕੇ ਮੈਂ ਤਾਂ ਚਾਹੁੰਦਾ ਕਿ ਬਰਾਬਰ ਤਾਂ ਹੋਣੀ ਚਾਹੀਦੀ ਹੈ ਬਈ, ਜਾਂ ਫਿਰ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ, ਸਾਡੇ ਵਰਗੇ ਵੀ ਆਪਣਾ ਪੱਖ ਰੱਖ ਸਕਣ। ਸਾਡੇ ਨਾਲ ਤਾਂ ਇੱਦਾਂ ਹੁੰਦਾ ਜੀ, ਪਰ ਇਹਨਾਂ ਦੀਆਂ ਸ਼ਰਿਆਮ ਇੰਟਰਵਿਊ ਹੁੰਦੀਆਂ ਨੇ। ਸੱਜਣ ਸਾਹਿਬ ਮੈਂ ਤਾਂ ਕਹਿੰਦਾ ਮੈਨੂੰ ਤਾਂ ਐਂ ਲੱਗਦਾ ਕਿ ਤੁਸੀਂ ਕੁਛ ਜ਼ਿਆਦਾ ਹੀ ਵੱਡਾ ਗੁਨਾਹ ਕੀਤਾ ਸੀ ਜਿਹੜਾ ਤੁਹਾਨੂੰ ਇਸ ਤਰ੍ਹਾਂ ਟ੍ਰੀਟ ਕੀਤਾ ਗਿਆ, ਨਹੀਂ ਤਾਂ ਲਾਰੈਂਸ ਬਿਸ਼ਨੋਈ ਨੂੰ ਤਾਂ ਬੜੇ ਆਰਾਮ ਨਾਲ ਇੰਟਰਵਿਊਆਂ ਕਰਨ ਦਿੰਦੇ ਵੇ, ਬੜੇ ਆਰਾਮ ਨਾਲ ਜੇਲ੍ਹਾਂ ਵਿੱਚੋਂ ਇੰਟਰਵਿਊਆਂ ਚੱਲਦੀਆਂ ਪਈਆਂ। ਹਾਂ, ਸਾਡੇ ਬੰਦਿਆਂ ਨੇ ਬਹੁਤ ਵੱਡੇ ਗੁਨਾਹ ਕੀਤੇ ਆ ਜੀ, ਅਸੀਂ ਵੀ ਬਹੁਤ ਵੱਡਾ ਗੁਨਾਹ ਕੀਤਾ, ਅਸੀਂ ਗੁਨਾਹ ਇਹ ਕੀਤਾ ਹੋਇਆ ਜਿਹੜਾ ਕਿ ਹੁਣ ਵੀ ਕਰਦੇ ਹਾਂ ਉਹਨਾਂ ਦੇ ਮੁਤਾਬਕ, ਕਿਉਂਕਿ ਪੱਤਰਕਾਰ ਹੋਣ ਦੇ ਨਾਤੇ ਵੀ ਇੱਕ ਮੇਰੇ 'ਤੇ ਪਰਚਾ ਦਰਜ ਕੀਤਾ ਹੋਇਆ ਆ, ਮੈਂ ਉਹ ਕੇਸ ਵੀ ਕੋਰਟ ਕਚਹਿਰੀ ਦੇ ਵਿੱਚ ਭੁਗਤਣ ਡਿਆ ਆ। ਇੱਥੇ ਕਹਿੰਦੇ ਕਿ ਰਾਈਟ ਟੂ ਸਪੀਚ ਹੈ ਕਾਨੂੰਨ ਦੇ ਮੁਤਾਬਕ, ਪਰ ਕਾਨੂੰਨ ਪਿੱਛੇ ਰਹਿ ਜਾਂਦਾ, ਔਰ ਜਿਹੜੀਆਂ ਹਕੂਮਤਾਂ ਹੁੰਦੀਆਂ ਨੇ, ਜਿਹੜੀਆਂ ਏਜੰਸੀਆਂ ਨੇ, ਜਿਹੜਾ ਪ੍ਰਸ਼ਾਸਨ ਹੈ, ਜਿਹਨਾਂ ਦੀ ਇਹਨਾਂ ਦੇ ਉੱਪਰ ਚੱਲਦੀ ਆ, ਉਹਨਾਂ ਦੇ ਕਹੇ ਦੇ ਮੁਤਾਬਕ ਇਹ ਫਿਰ ਜਿਹਦੇ 'ਤੇ ਚਿੱਤ ਕਰਦਾ ਉਹ 'ਤੇ ਕੇਸ ਦਰਜ ਕਰਵਾਉਂਦੇ ਆ। ਇੱਥੇ ਕੋਈ ਰਾਈਟ ਟੂ ਸਪੀਚ ਵਾਲੀ ਗੱਲ ਨਹੀਂ ਹੈਗੀ ਜੀ, ਇਹਨਾਂ ਦੇ ਹਿਸਾਬ ਦੇ ਨਾਲ ਤਾਂ ਆਪਾਂ ਬਹੁਤ 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 ਵੱਡੇ ਗੁਨਾਹ ਕੀਤੇ ਹੋਏ ਆ ਜੀ। ਇੱਥੇ ਤਾਂ ਸਾਡੇ 'ਤੇ ਸਾਡੇ ਜਿਹੜੇ ਸੂਰਬੀਰ ਬਹਾਦਰ ਯੋਧੇ ਜੇਲ੍ਹਾਂ 'ਚ ਬੰਦ ਹੈਗੇ ਆ, ਤੁਸੀਂ ਦੇਖੋ ਇੱਥੇ ਆ, ਜਦੋਂ ਆ ਮੈਂ ਹੁਣ ਤੁਹਾਨੂੰ ਕੀ ਦੱਸਾਂ ਉਦਾਹਰਣ, ਮੇਰੇ ਕੋਲ ਬਹੁਤ ਸਾਰੀਆਂ ਉਦਾਹਰਣਾਂ ਹੈਗੀਆਂ, ਮੇਰੇ ਕੋਲ ਸੌਖੀ ਜੀ ਲੱਭਣ ਡਿਆ ਸੀਗਾ। ਚਲੋ ਤਾਜ਼ੀ ਆ, ਜਿਹੜੀ ਤਾਜ਼ੀ ਹੋ ਕੇ ਹਟੀ ਆ, ਮੇਰਾ ਖਿਆਲ ਕੀ ਨਾਂ ਉਹਦਾ, ਗੋਰਾ ਥਾਪਰ ਕਰਕੇ ਹੈਗਾ ਜਿਹੜਾ ਸ਼ਿਵ ਸੈਨਾ ਦਾ ਆਪਣੇ ਆਪ ਨੂੰ ਆਗੂ ਖਵਾਉਂਦਾ ਲੁਧਿਆਣੇ ਦਾ, ਆ ਥੋੜੇ ਦਿਨ ਪਹਿਲਾਂ ਉਹਨੂੰ ਨਿਹੰਗ ਸਿੰਘਾਂ ਨੇ ਰਾਹ ਦੇ ਵਿੱਚ ਘੇਰਿਆ। ਉਦਣ ਵੀ ਆਪਾਂ ਗੱਲ ਕੀਤੀ ਸੀਗੀ ਕਿ ਐਜ਼ ਏ ਪੱਤਰਕਾਰ ਆਪਾਂ ਨਹੀਂ ਚਾਹੁੰਦੇ ਹੈਗੇ ਕਿ ਕੋਈ ਕਿਸੇ ਨੂੰ ਮਾਰੇ ਕੁੱਟੇ, ਕੋਈ ਕਿਸੇ ਨੂੰ ਇੱਦਾਂ ਕਰੇ, ਪਰ ਜੇ ਕਾਨੂੰਨ ਦੇ ਮੁਤਾਬਕ ਉਸ ਬੰਦੇ ਨੂੰ ਜਾਂ ਉਹਨਾਂ ਵਰਗਿਆਂ ਨੂੰ ਪਹਿਲਾਂ ਹੀ ਨੱਥ ਪਾਈਓ ਹੁੰਦੀ ਜਾਂ ਪਾਈਓ ਹੋਵੇ ਜਾਂ ਭਵਿੱਖ ਦੇ ਵਿੱਚ ਵੀ ਪਾ ਲਈ ਜਾਵੇ, ਤਾਂ ਫਿਰ ਮੈਨੂੰ ਲੱਗਦਾ ਕਿ ਰਾਹ ਦੇ ਵਿੱਚ ਕੋਈ ਘੇਰ ਕੇ ਕਿਸੇ ਦਾ ਕੁਟਾਪਾ ਕਰੇ, ਤਾਂ ਮੈਨੂੰ ਲੱਗਦਾ ਕਿ ਸਾਡੇ ਵਰਗੇ ਵੀ ਕਹਿ ਸਕਦੇ ਆ ਕਿ ਭਾਈ ਤੁਸੀਂ ਕੁਟਾਪਾ ਕੀਤਾ ਅਤੇ ਕੀਤਾ ਗਲਤ ਵਾ। ਪਰ ਹੁਣ ਆਪਾਂ ਗਲਤ ਕਿੱਦਾਂ ਕਹਿ ਸਕਦੇ ਹਾਂ? ਹੁਣ ਮੈਂ ਤੁਹਾਨੂੰ ਗੁਨਾਹ ਦੀ ਗੱਲ ਦੱਸਣ ਲੱਗਾ ਵੀ ਗੁਨਾਹ ਉਹਨਾਂ ਦੇ ਮੁਤਾਬਕ ਗੁਨਾਹਗਾਰ ਕੌਣ ਹੈ? ਗੁਰੂ ਸਾਹਿਬ ਜੀ ਸਿੱਖਾਂ ਨੂੰ ਇਹ ਗੱਲ ਕਹਿੰਦੇ ਆ, ਇਕੱਲੇ ਸਿੱਖਾਂ ਨੂੰ ਨਹੀਂ, ਹੁਕਮ ਤਾਂ ਸਾਰਿਆਂ ਉੱਤੇ ਲਾਗੂ ਹੁੰਦੇ ਆ ਕਿ ਚੂੰਕਾਰ ਅਜ ਹਮਾ ਹੀ ਰਤੇਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਜਦੋਂ ਸਾਰੇ ਹੀ ਲਿਬਸੀਲੇ ਮੁੱਕ ਜਾਣ ਤਾਂ ਫਿਰ ਤਲਵਾਰ ਦੀ ਮੁੱਠ ਦੇ ਉੱਪਰ ਹੱਥ ਚਲੇ ਜਾਣਾ ਵਾਜਬ ਹੈ। ਹੁਣ ਸਰਕਾਰਾਂ ਉਹਨਾਂ ਨੂੰ ਨੱਥ ਨਹੀਂ ਪਾਉਂਦੀਆਂ, ਤੁਸੀਂ ਦੇਖੋ ਉਹ ਹੋਸਪਿਟਲ ਅੰਦਰ ਰਿਹਾ ਤਦ ਵੀ ਬੜਕਾ ਮਾਰੀ ਗਿਆ, ਹੁਣ ਹੋਸਪਿਟਲ ਤੋਂ ਘਰੇ ਮੇਰਾ ਖਿਆਲ ਆ ਚੁੱਕਾ ਆ, ਉਹ ਆਪਣੀ ਲਿਪਾ ਪੋਚੀ ਕਰਵਾ ਕੇ ਟਾਂਕੇ ਟੂੰਕੇ ਲਗਵਾ ਕੇ, ਹੁਣ ਫਿਰ ਉਹ ਪਹਿਲਾਂ ਵਾਂਗ ਜੋ ਪਹਿਲਾਂ ਬੋਲਦਾ ਸੀਗਾ, ਹੁਣ ਮੈਂ ਬੋਲਦਾ ਲਫ਼ਜ਼ ਆਖਿਆ, ਮੈਨੂੰ ਲੱਗਦਾ ਕਿ ਜੇ ਮੈਂ ਬਕਵਾਸ ਲਫ਼ਜ਼ ਆਖਾਂ ਤਾਂ ਸਾਡੇ 'ਤੇ ਤਾਂ ਹੋ ਸਕਦਾ ਆ ਇੰਟਰਵਿਊ ਖਤਮ ਹੋਣ ਤੋਂ ਬਾਅਦ ਹੀ ਮੁਕੱਦਮਾ ਦਰਜ ਕਰ ਦੇਣ ਕਿ ਬਕਵਾਸ ਲਫ਼ਜ਼ ਬੋਲਿਆ, ਪਰ ਉਹ ਜੋ ਮਰਜ਼ੀ ਕਰ ਦੇਣ, ਉਹ ਗੁਰੂ ਸਾਹਿਬਾਨ ਦੇ ਉੱਪਰ ਵੀ ਉਂਗਲਾਂ ਚੁੱਕਣ, ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੈਗੀ। ਹੁਣ ਜੇ ਲਾਰੈਂਸ ਬਿਸ਼ਨੋਈ ਦੇ ਮਾਮਲੇ ਵਿੱਚ ਤੁਸੀਂ ਦੇਖੋ, ਦੋ ਇੰਟਰਵਿਊ ਹੋਈਆਂ, ਜਿਹੜੀ ਹੁਣ ਸਿੱਟ ਬਣੀ ਸੀਗੀ ਬਾਅਦ ਵਿੱਚ, ਸਿੱਟ ਵੀ ਐਵੇਂ ਨਹੀਂ ਬਣਦੀ ਹੈਗੀ, ਇੱਥੇ ਸਿੱਟ ਵੀ ਤੁਹਾਨੂੰ ਬਹੁਤ ਜ਼ਿਆਦਾ ਰੌਲਾ ਪਾਉਣਾ ਪੈਂਦਾ ਤਾਂ ਜਾ ਕੇ ਸਿੱਟ ਬਣਾਉਂਦੇ ਆ, ਅਦਰਵਾਈਜ਼ ਕੋਈ ਗੱਲਬਾਤ ਨਹੀਂ ਹੈਗੀ। ਤੁਸੀਂ ਮਾੜਾ ਮੋਟਾ ਜੇ ਸਿੱਖ ਜਾਂ ਭਾਰਤ ਦੀਆਂ ਹੋਰ ਘੱਟ ਗਿਣਤੀ ਕੌਮਾਂ ਨਾਲ ਸੰਬੰਧਿਤ ਜੇ ਕੋਈ ਵੀ ਕਿਸੇ ਦੇ ਖਿਲਾਫ਼ ਕੋਈ ਹਲਕੀ ਜਿਹੀ ਟਿੱਪਣੀ ਵੀ ਕਰ ਦੇਵੇ, ਮਿੰਟੋ ਪਹਿਲਾਂ ਮੁਕੱਦਮਾ ਦਰਜ ਹੁੰਦਾ, ਪਰ ਉਹ ਜੋ ਮਰਜ਼ੀ ਕਰ ਦੇਣ ਜੇਲ੍ਹ ਦੇ ਵਿੱਚੋਂ, ਜੇ ਸਿੱਖ
ਜਾਂ ਕੋਈ ਹੋਰ ਘੱਟ ਗਿਣਤੀ ਕੌਮ ਦੇ ਨਾਲ ਸੰਬੰਧਿਤ ਵਸ਼ਿੰਦਾ ਬੰਦਾ ਜੇ ਉਹ ਜੇਲ੍ਹ ਤੋਂ ਬਾਹਰ ਕਿਸੇ ਦੇ ਨਾਲ ਫੋਨ 'ਤੇ ਕੋਈ ਗੱਲਬਾਤ ਮਾੜੀ ਮੋਟੀ ਕਰ ਲਵੇ ਤਾਂ ਉਹਦੇ 'ਤੇ ਵੀ ਮੁਕੱਦਮਾ ਦਰਜ ਹੋ ਜਾਂਦਾ, ਮਿੰਟੋ ਪਹਿਲਾਂ ਜਾਂਚ ਹੋ ਜਾਂਦੀ ਆ। ਪਰ ਇਹਨਾਂ ਦੇ ਖਿਲਾਫ਼ ਤੁਹਾਨੂੰ ਮੁਕੱਦਮੇ ਦਰਜ ਕਰਵਾਉਣ ਦੇ ਵਾਸਤੇ, ਸਿੱਟ ਬਣਵਾਉਣ ਦੇ ਵਾਸਤੇ ਵੱਡੀ ਜੱਦੋਜਹਿਦ ਕਰਨੀ ਪੈਂਦੀ ਹੈ। ਤੁਸੀਂ ਦੇਖੋ ਬਾਪੂ ਜਿਹੜਾ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦਾ ਬਾਪੂ, ਉਹ ਪੂਰੇ ਪੰਜਾਬ ਦੇ ਵਿੱਚ ਕਿੱਦਾਂ ਆਪਣੀ ਪੱਗ ਆਪਣੇ ਹੱਥ ਦੇ ਵਿੱਚ ਲੈ ਕੇ ਕਿੱਦਾਂ ਉਹ ਵਿਚਾਰਾ ਰੋਂਦਾ ਰਿਹਾ, ਕਿੱਦਾਂ ਉਹ ਕੁਰਲਾਉਂਦਾ ਰਿਹਾ। ਅੱਜ ਮਾੜਾ ਮੋਟਾ ਉਹ ਖੁਸ਼ ਹੈਗਾ, ਔਰ ਮੈਨੂੰ ਲੱਗਦਾ ਕਿ ਖੁਸ਼ੀ ਬਹੁਤਾ ਲੰਬਾ ਸਮਾਂ ਰਹਿਣੀ ਨਹੀਂ ਹੈਗੀ, ਕਿਉਂਕਿ ਬਹੁਤ ਜ਼ਿਆਦਾ ਦਬਾਅ ਪੈਣ ਤੋਂ ਬਾਅਦ ਆਹ ਮਾੜਾ ਮੋਟਾ ਹੁੰਦਾ ਹੈਗਾ। ਜਦੋਂ ਸਿੱਟ ਬਣਦੀ ਹੈ ਤਾਂ ਸਿੱਟ ਦੇ ਵਿੱਚੋਂ ਸਿੱਟ ਵਾਲੇ ਇਹ ਗੱਲ ਸਾਹਮਣੇ ਲੈ ਕੇ ਆਉਂਦੇ ਆ ਵੀ ਦੋ ਇੰਟਰਵਿਊ ਆ ਸਤੰਬਰ, ਹੁਣ ਤਰੀਕਾਂ 'ਤੇ ਆ ਮੈਚ ਕਰ ਲਿਓ ਮਾੜਾ ਜਿਹਾ, ਸਤੰਬਰ 2022 ਦੇ ਵਿੱਚ ਰਿਕਾਰਡ ਕੀਤੀ ਗਈ ਸੀਗੀ ਅਤੇ 7 ਮਹੀਨੇ ਬਾਅਦ ਮਾਰਚ 2023 ਦੇ ਵਿੱਚ ਫਿਰ ਉਹ ਇੰਟਰਵਿਊ ਜਾਰੀ ਕੀਤੀ ਗਈ ਸੀਗੀ। ਜੇਲ੍ਹ ਦੇ ਵਿੱਚ ਬੰਦਾ ਬੈਠਾ ਆ। ਅਸਲ ਦੇ ਵਿੱਚ ਹੁੰਦਾ ਕੀ ਹੈਗਾ, ਏਜੰਸੀਆਂ ਵਾਲੇ ਕੀ ਕਰਦੇ ਹੈਗੇ ਆ, ਇੱਦਾਂ ਦਾ ਨਾ ਇੱਕ ਰਾ ਮਟੀਰੀਅਲ ਇਕੱਠਾ ਕਰਕੇ ਆਪਣੇ ਕੋਲ ਰੱਖਦੀਆਂ ਨੇ। ਆਪਣੇ ਕੋਲ ਰੱਖਣ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਵਾਜਬ ਜਿਹਾ ਸਮਾਂ ਆ ਗਿਆ, ਜਿੱਦਾਂ ਦਾ ਸਮਾਂ ਉਹ ਉਡੀਕ ਰਹੀਆਂ ਹੁੰਦੀਆਂ ਨੇ, ਜਾਂ ਹੁਣ ਸਮਾਂ ਆ ਗਿਆ ਕਿ ਇਸ ਇੰਟਰਵਿਊ ਦੇ ਜ਼ਰੀਏ ਆਪਾਂ ਕਿਸੇ ਨੂੰ ਡਰਾਉਣਾ, ਆਪਾਂ ਕਿਸੇ ਨੂੰ ਧਮਕਾਉਣਾ, ਉਸ ਤੋਂ ਬਾਅਦ ਫਿਰ ਉਹ ਜਾਰੀ ਕੀਤੀਆਂ ਜਾਂਦੀਆਂ ਨੇ। ਫਿਰ ਤੁਸੀਂ ਦੇਖੋ ਇਹ ਸਰਕਾਰ ਦੇ ਦਾਅਵਿਆਂ ਦੀ ਸਾਰੀ ਪੂਰੀ ਤਰ੍ਹਾਂ ਐਨ ਪੋਲ ਖੁੱਲ੍ਹੀ ਹੈ। ਜਿਹੜੀ ਦੂਜੀ ਇੰਟਰਵਿਊ ਹੈਗੀ ਆ ਉਹ ਰਾਜਸਥਾਨ ਦੀ ਇੱਕ ਜੇਲ੍ਹ ਦੇ ਵਿੱਚ ਹੋਈ ਹੈ, ਔਰ ਜਿਹੜਾ ਪੱਤਰਕਾਰ ਇੰਟਰਵਿਊ ਕਰਨ ਵਾਲਾ ਹੈਗਾ ਆ ਉਹ ਪੱਤਰਕਾਰ, ਜਦੋਂ ਤੁਸੀਂ ਉਹਦੇ ਵੱਲ ਝਾਤ ਮਾਰ ਕੇ ਦੇਖੋਗੇ, ਜਦੋਂ ਤੁਸੀਂ ਉਹਦਾ ਪਿਛੋਕੜ ਫਰੋਲੂਗੇ ਤਾਂ ਤੁਹਾਨੂੰ ਇਸ ਗੱਲ ਦਾ ਵੀ ਪਤਾ ਲੱਗੂਗਾ ਕਿ ਖਾੜਕੂ ਸਿੰਘਾਂ ਦੇ ਨਾਲ ਉਹਦਾ ਕੋਈ ਜਾਂ ਉਹਦੇ ਬਾਪੂ ਦਾ ਕੋਈ ਵਾਹ ਵਾਸਤਾ ਰਿਹਾ। ਤਾਂ ਉਸ ਉਹਨਾਂ ਹਾਲਾਤਾਂ ਦੇ ਵਿੱਚ ਉਹਦੇ ਅੰਦਰ ਨਾ ਇੱਕ ਸਿੱਖਾਂ ਦੇ ਪ੍ਰਤੀ, ਖਾੜਕੂ ਸਿੰਘਾਂ ਦੇ ਪ੍ਰਤੀ, ਜਾਂ ਕਹਿ ਲਓ ਵੀ ਸੰਘਰਸ਼ਸ਼ੀਲ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਜਿਹੜੇ ਨੇ, ਉਹਨਾਂ ਦੇ ਪ੍ਰਤੀ ਉਹਦੇ ਮਨ ਦੇ ਵਿੱਚ ਇੱਕ ਗੁੱਸੇ ਜਿਹੇ ਦੀ ਭਾਵਨਾ ਆ, ਇੱਕ ਉਹਦੇ ਮਨ ਵਿੱਚ ਤਕਲੀਫ ਆ, ਔਰ ਜਿਹੜੀ ਉਹ ਗੁੱਸੇ ਦੀ ਭਾਵਨਾ ਉਹਦੇ ਅੰਦਰ ਪਈ ਹੋਈ ਹੈ ਉਹਨੂੰ ਇਸਤੇਮਾਲ ਕੀਤਾ ਜਾਂਦਾ। ਪੱਤਰਕਾਰ ਤਾਂ ਤੁਸੀਂ ਵੀ ਹੈਗੇ ਹੋ, ਤੁਹਾਨੂੰ ਨਹੀਂ ਕਹਿ ਤਾ ਗਿਆ ਕਿ ਤੁਸੀਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰੋ। ਅਸਲ ਦੇ ਵਿੱਚ ਉਹ ਬੰਦਾ ਇੱਦਾਂ ਦਾ ਲੱਭਦੇ ਆ ਜਿਹਦੇ ਅੰਦਰ ਪਹਿਲਾਂ ਹੀ ਮਾੜਾ ਮੋਟਾ ਕੋਈ ਜ਼ਹਿਰ ਭਰਿਆ ਹੋਇਆ, ਥੋੜ੍ਹਾ ਜਿਹਾ ਹੋਰ ਭਰ ਦਿਓ, ਭਰਨ ਤੋਂ ਬਾਅਦ ਫਿਰ ਉਹਨੂੰ ਵਰਤਿਆ ਜਾਂਦਾ। ਉਹਦੇ ਖਿਲਾਫ਼ ਤਾਂ ਕੋਈ ਢੁੱਕਵੀਂ ਤੇ ਵਾਜਬ ਕਾਰਵਾਈ ਹੋਈ ਨਹੀਂ। ਸਾਹਿਬ ਸਿੰਘ ਜੀ, ਤੁਸੀਂ ਕਹਿ ਰਹੇ ਹੋ ਕਿ ਲੱਭਿਆ ਜਾਂਦਾ ਹੈ, ਤੁਸੀਂ ਕਹਿ ਰਹੇ ਹੋ ਕਿ ਲੱਭਿਆ ਜਾਂਦਾ ਹੈ ਔਰ ਕਰਵਾਇਆ ਜਾਂਦਾ ਹੈ, ਪਰ ਮੇਰਾ ਸਵਾਲ ਇਹ ਹੈ ਕਿ ਇਹ ਲੱਭਦਾ ਕੌਣ ਹੈ, ਕਰਵਾਉਂਦਾ ਕੌਣ ਹੈ, ਇਹਦੇ ਪਿੱਛੇ ਪੂਰਾ ਕਿਸ ਨੂੰ ਦੇਖਦੇ ਹੋ ਤੁਸੀਂ? ਇਹਦੇ ਪਿੱਛੇ ਮੈਂ ਇਸੇ ਚੀਜ਼ ਨੂੰ ਦੇਖਦਾ, ਮੈਂ ਲਫ਼ਜ਼ ਇੱਕ ਵਾਰ ਵਾਰ ਬੋਲ ਰਿਹਾ, ਏਜੰਸੀਆਂ ਏਜੰਸੀਆਂ। ਦੇਖੋ ਇੱਕ ਹੁੰਦੀਆਂ ਨੇ ਸਰਕਾਰਾਂ, ਸਰਕਾਰ ਕੋਈ ਵੀ ਸਿਆਸੀ ਪਾਰਟੀ 5 ਵਰਿਆਂ ਬਾਅਦ ਬਣਾਉਂਦੀ ਹੈ, ਇਹ ਆਮ ਲੋਕਾਂ ਨੂੰ ਇੱਦਾਂ ਲੱਗਦਾ। ਜਿਵੇਂ ਕਿ ਆਮ ਲੋਕ ਕਈ ਵਾਰ ਕਹਿੰਦੇ ਕਿ ਫਲਾਨੀ ਸਰਕਾਰ ਆਜੂਗੀ ਤਾਂ ਹੁਣ ਠੀਕ ਹੋ ਜਾਊਗਾ, ਫਲਾਨੀ ਸਰਕਾਰ ਵੇਲੇ ਬਹੁਤ ਕੁਝ ਮਾੜਾ ਹੋਇਆ, ਪਰ ਮੈਂ ਇੱਦਾਂ ਨਹੀਂ ਸਮਝਦਾ ਹੈਗਾ। ਹੋਰ ਬਹੁਤ ਸਾਰੇ ਲੋਕ ਆਪਾਂ ਇੱਦਾਂ ਨਹੀਂ ਸਮਝਦੇ ਹੈਗੇ, ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਕਿਸੇ ਵੀ ਮੁਲਕ ਦਾ ਇੱਕ ਥਿੰਕ ਟੈਂਕ ਹੁੰਦਾ ਹੈਗਾ, ਜਿਹੜਾ ਕਿਸੇ ਮੁਲਕ ਦੇ ਵਾਸਤੇ ਜਾਂ ਮੁਲਕ ਦੇ ਵੱਖ ਵੱਖ ਜਿਹੜੇ ਸੂਬੇ ਸਟੇਟਾਂ ਹੁੰਦੀਆਂ ਨੇ, ਜਿੱਦਾਂ ਪੰਜਾਬ ਆ ਮੰਨ ਲਓ, ਰਾਜਸਥਾਨ, ਹਰਿਆਣਾ, ਹਿਮਾਚਲ, ਉਹਨਾਂ ਦੇ ਵਾਸਤੇ ਨੀਤੀਆਂ ਘੜਦਾ ਉਹ ਥਿੰਕ ਟੈਂਕ, ਥਿੰਕ ਟੈਂਕ, ਔਰ ਉਹ ਜਿਹੜੀਆਂ ਏਜੰਸੀਆਂ ਹੀ ਚਲਾਉਂਦੀਆਂ ਨੇ ਕਿਸੇ ਵੀ ਮੁਲਕ ਨੂੰ। ਸਰਕਾਰਾਂ ਦਾ ਕੀ ਹੈ, ਸਰਕਾਰਾਂ 'ਤੇ 5 ਵਰੇ ਰਹੀਆਂ, 5 ਵਰੇ ਤੋਂ ਪਹਿਲਾਂ ਵੀ ਕਈ ਵਾਰ ਸਰਕਾਰਾਂ ਟੁੱਟ ਜਾਂਦੀਆਂ ਨੇ, 5 ਵਰੇ ਬਾਅਦ ਦੁਬਾਰਾ ਅਗਲੀ ਸਰਕਾਰ ਆ ਗਈ ਆ। ਤਾਂ ਉਹ ਜਿਹੜਾ ਸਿਸਟਮ ਹੈਗਾ ਨਾ ਜੀ, ਉਹ ਸਾਰਾ ਏਜੰਸੀਆਂ ਚਲਾਉਂਦੀਆਂ ਨੇ, ਉਸ ਥਿੰਕ ਟੈਂਕ ਨੇ ਜੋ ਸੋਚਣਾ ਹੈਗਾ ਕਿਹੜੇ ਸੂਬੇ ਨੂੰ ਕੀ ਦੇਣਾ ਕੀ ਨਹੀਂ ਦੇਣਾ, ਕਿਹੜੇ ਸੂਬੇ 'ਚ ਕੀ ਕਰਨਾ ਅਤੇ ਕੀ ਨਹੀਂ ਕਰਨਾ, ਕਿਹਨਾਂ ਕਿਹਨਾਂ ਮੋਹਰਿਆਂ ਨੂੰ ਕਿੱਦਾਂ ਕਿੱਦਾਂ ਵਰਤਣਾ। ਲਾਰੈਂਸ ਬਿਸ਼ਨੋਈ ਤਾਂ ਇੱਕ ਮੋਹਰਾ ਮਾਤਰ ਹੈ ਜੀ। ਤੁਸੀਂ ਜੇਲ੍ਹ ਦੀ ਗੱਲ ਕਰਦੇ ਸੀਗੇ, ਜੇਲ੍ਹ ਦੇ ਅੰਦਰ ਸਾਹਿਬ ਸਿੰਘ ਜੀ, ਮੇਰਾ ਖਿਆਲ ਸਵਾਲ ਕਲੀਅਰ ਹੋ ਗਿਆ, ਉਹੀ ਕਰਾਉਂਦੇ ਜੀ ਸਾਰਾ ਕੁਛ, ਬੰਦਾ ਲੱਭਦੇ ਆ ਜੇਲ੍ਹਾਂ ਦੇ ਅੰਦਰ। ਰਹਿ ਕੇ ਵੇਖਿਆ ਜੇਲ੍ਹਾਂ ਕਿਹਨਾਂ ਵਾਸਤੇ ਹੁੰਦੀਆਂ ਨੇ ਭਲਾ, ਜਿਹਨਾਂ ਦੇ ਪੱਲੇ ਵਿੱਚ ਬੋਝੇ 'ਚ ਪੈਸੇ ਹੈ ਨਹੀਂ,
ਉਹਨਾਂ ਦੇ ਵਾਸਤੇ ਜੇਲ੍ਹਾਂ ਬਹੁਤ ਔਖੀਆਂ ਨੇ, ਪਰ ਜਿਨ੍ਹਾਂ ਦੇ ਪਿੱਛੇ ਪੈਸਾ ਹੈਗਾ ਆ, ਜਿਨ੍ਹਾਂ ਦੇ ਪਿੱਛੇ ਪਾਵਰ ਹੈਗੀ ਆ, ਉਹਨਾਂ ਵਾਸਤੇ ਜੇਲ੍ਹਾਂ ਕੱਟਣੀਆਂ ਕੋਈ ਔਖੀਆਂ ਨਹੀਂ। ਜੇਲ੍ਹਾਂ ਦੇ ਵਿੱਚ ਮੈਂ ਰਹਿ ਕੇ ਵੇਖਿਆ ਜੀ, ਉਹ ਤਾਂ ਲੱਤਾਂ ਕੁੱਟਵਾਉਂਦੇ ਅੰਦਰ ਬੈਠੇ, ਉਹਨਾਂ ਦੀ ਚਾਕਰੀ ਕਰਦੇ ਨੇ। ਕੌਣ ਲੋਕ ਭਲਾ ਕਰਦੇ ਚਾਕਰੀ? ਜਿਹੜੇ ਉੱਥੇ ਅੰਦਰ ਗਰੀਬ ਕੈਦੀ ਆ ਉਹ ਵੀ ਕਰਦੇ ਆ। ਕੇਵਲ ਉਹ ਹੀ ਨਹੀਂ ਕਰਦੇ, ਹੁਣ ਮੈਂ ਇੱਕ ਲਫ਼ਜ਼ ਹੋਰ ਬੋਲਣ ਲੱਗਾ, ਪਰ ਜੇ ਅਸੀਂ ਬੋਲਾਂਗੇ ਤਾਂ ਸਾਡੇ 'ਤੇ ਤਾਂ ਵੀ ਮੁਕੱਦਮਾ ਦਰਜ ਕਰ ਸਕਦੇ ਆ ਉਹ। ਅਸੀਂ ਆਪਣੇ ਸਟੂਡੀਓ 'ਚ ਬਹਿ ਕੇ ਬੋਲ ਰਹੇ ਹਾਂ, ਜੇਲ੍ਹ ਦੇ ਵਿੱਚ ਬੈਠ ਕੇ ਨਹੀਂ ਬੋਲ ਰਹੇ, ਬਾਹਰੋਂ ਆ। ਉੱਥੇ ਖਾਕੀ ਵਰਦੀ ਵਾਲੇ ਵੀ ਉਹਨਾਂ ਦੀ ਚਾਕਰੀ ਕਰਦੇ ਵੇਖੇ ਜਾ ਸਕਦੇ ਨੇ। ਜੇ ਕਿਸੇ ਨੂੰ ਨਹੀਂ ਯਕੀਨ ਤਾਂ ਤੁਸੀਂ ਮਾੜਾ ਮੋਟਾ ਕੇਸ ਪਵਾ ਕੇ ਕਿਤੇ ਕੋਈ 4-5 ਦਿਨ ਜੇਲ੍ਹ ਰਹਿਵੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ। ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅੱਜ ਤੱਕ ਜਿਹੜੀਆਂ ਚੀਜ਼ਾਂ ਅਸੀਂ ਸੁਣਦੇ ਆਏ ਹਾਂ ਕਿ ਉੱਥੇ ਜਿਹੜੇ ਛੋਟੇ ਕੈਦੀ ਹੁੰਦੇ ਆ ਜਾਂ ਕੁਝ ਘੱਟ ਰਸੂਖ ਵਾਲੇ ਹੁੰਦੇ ਆ, ਉਹ ਤਾਂ ਕਰਦੇ ਹੀ ਕਰਦੇ ਆ ਸੇਵਾ, ਪੁਲਿਸ ਵਾਲੇ ਵੀ ਖਾਕੀ ਪਾ ਕੇ ਤੇ ਉੱਥੇ ਲੱਤਾਂ ਘੁੱਟਦੇ ਹੁੰਦੇ ਇਹਨਾਂ ਦੀਆਂ। ਮੈਂ ਸਾਬਤ ਕਰ ਸਕਦਾ ਉਹ ਸਾਬਤ ਮੈਂ ਇੱਦਾਂ ਕਰ ਸਕਦਾ, ਹੁਣ ਮੈਂ ਇਲਜ਼ਾਮ ਲਾਉਣਾ ਜੀ, ਜਾਂ ਉਹ ਇਲਜ਼ਾਮ ਨੂੰ ਨਕਾਰ ਦੇਣ ਜਾਂ ਫਿਰ ਕੋਈ ਹੋਰ ਵਜ੍ਹਾ ਦੱਸ ਦੇਣ। ਹੁਣ ਆਪਾਂ ਇਹ ਸਰਕਾਰਾਂ ਇਹ ਗੱਲ ਕਹਿੰਦੀਆਂ ਨੇ ਕਿ ਨਸ਼ਾ ਪਾਰੋਂ ਆਉਂਦਾ, ਪਾਰੋਂ ਭਾਵ ਕਿ ਪਾਕਿਸਤਾਨ ਤੋਂ ਆਉਂਦਾ, ਬਾਰਡਰ ਪਾਰੋਂ ਆਉਂਦਾ। ਚਲੋ ਉੱਥੇ ਵੀ ਗੱਲ ਇਹ ਲਾਗੂ ਹੁੰਦੀ ਹੈ ਵੀ ਉੱਥੇ ਤੁਹਾਡੀ ਬਾਰਡਰ ਸਿਕਿਉਰਿਟੀ ਫੋਰਸ ਕੀ ਕਰਦੀ ਹੈ ਭਲਾ? ਫਿਰ ਜੇ ਉਹ ਤੁਹਾਡੇ ਮੁਲਕ ਦੇ ਵਿੱਚ ਨਸ਼ਾ ਭੇਜ ਦਿੰਦੇ ਆ, ਇਹਦਾ ਮਤਲਬ ਤੁਸੀਂ ਅਸਮਰੱਥ ਹੋ, ਤੁਹਾਡੇ ਕੋਲੋਂ ਆਪਣੇ ਮੁਲਕ ਦੀ ਰਾਖੀ ਨਹੀਂ ਹੁੰਦੀ। ਜਦੋਂ ਪੰਜਾਬ ਦੇ ਵਿੱਚ ਖਾੜਕੂ ਸੰਘਰਸ਼ ਚੱਲਦਾ ਸੀਗਾ, ਖਾੜਕੂ ਸਿੰਘਾਂ ਨੇ ਤਾਂ ਇੱਧਰ ਨਸ਼ਾ ਆਉਣ ਨਹੀਂ ਦਿੱਤਾ। ਹੁਣ ਇਹਦਾ ਫਿਰ ਕੰਪੈਰੀਜ਼ਨ ਕਰ ਲਓ, ਇਹਦਾ ਮਤਲਬ ਤੁਹਾਡੇ ਨਾਲੋਂ ਤਾਕਤਵਰ ਇਸ ਮੁਲਕ ਦੇ ਲਈ ਕੌਣ ਨੇ? ਉਹੀ ਨੇ ਜਿਹਨਾਂ ਨੂੰ ਤੁਸੀਂ ਲੋਕਾਂ ਦੇ ਵਿੱਚ ਪ੍ਰਚਾਰਿਆ ਕਿ ਇਹ ਅੱਤਵਾਦੀ ਨੇ, ਅਸਲ ਵਿੱਚ ਉਹ ਸੀਗੇ ਰਾਖੇ, ਉਹਨਾਂ ਨੇ ਤਾਂ ਨਸ਼ਾ ਇੱਧਰ ਆਉਣ ਨਹੀਂ ਦਿੱਤਾ। ਇਹ ਤੁਹਾਡੀ ਫਿਰ ਨਾਕਾਮੀ ਹੈ ਜਾਂ ਨਾਕਾਮੀ ਹੈ, ਤੁਸੀਂ ਅਸਮਰੱਥ ਹੋ, ਤੁਹਾਡੇ 'ਚ ਇੰਨੀ ਸਮਰੱਥਾ ਨਹੀਂ ਹੈਗੀ, ਜਾਂ ਫਿਰ ਉਹ ਦੂਜੇ ਮੁਲਕ ਵਾਲੇ ਇੰਨੇ ਤਾਕਤਵਰ ਵਾ, ਇੰਨੇ ਚਲਾਕ ਔਰ ਚੁਸਤ ਹੈਗੇ ਆ ਕਿ ਤੁਹਾਡੇ 'ਤੇ ਇੰਨੇ ਜ਼ਿਆਦਾ ਹਾਵੀ ਹੋ ਕੇ ਤੁਹਾਡੇ ਮੁਲਕ 'ਚੋਂ ਨਸ਼ਾ ਭੇਜ ਦਿੰਦੇ ਆ। ਇੱਕ ਗੱਲ, ਦੂਜੀ ਗੱਲ ਆਪਾਂ ਜੇਲ੍ਹਾਂ ਦੀ ਕਰ ਰਹੇ ਹਾਂ, ਫਿਰ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਨਸ਼ਾ ਕੌਣ ਪਹੁੰਚਾਉਂਦਾ? ਜੇ ਪਾਰ ਵਾਲੇ ਇੱਥੇ ਨਸ਼ਾ ਲੈ ਕੇ ਆਉਂਦੇ ਆ, ਜੇ ਪਾਰ ਵਾਲੇ ਤੁਹਾਡੀਆਂ ਜੇਲ੍ਹਾਂ ਦੇ ਅੰਦਰ ਤੱਕ ਵੀ ਨਸ਼ਾ ਪਹੁੰਚਾਉਂਦੇ ਆ, ਫਿਰ ਤੁਸੀਂ ਮੰਨ ਲਓ ਕਿ ਉਹੀ ਕਰਦੇ ਸਾਰਾ ਕੁਛ, ਫਿਰ ਤੁਸੀਂ ਦੋਸ਼ ਮੁਕਤ ਹੋ, ਖਾਕੀ ਵੀ ਦੋਸ਼ ਮੁਕਤ ਹੈ। ਮੈਨੂੰ ਮਾਫ਼ ਕਰਿਆ, ਮੈਂ ਤੁਹਾਨੂੰ ਕੱਟਦਾ ਪਿਆ ਇੱਥੇ, ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਸਾਰੀਆਂ ਚੀਜ਼ਾਂ ਤੁਸੀਂ ਵੀ ਵੇਖੀਆਂ ਨੇ, ਕਿਉਂਕਿ ਅੱਜ ਕੱਲ੍ਹ ਜੇਲ੍ਹਾਂ ਦੇ ਵਿੱਚ ਜੋ ਚੱਲਦਾ ਪਿਆ, ਇਲਜ਼ਾਮ ਲੱਗਦੇ ਆ, ਇਲਜ਼ਾਮ ਕੀ ਖ਼ਬਰਾਂ ਹੀ ਆਉਂਦੀਆਂ ਕਿ ਜੇਲ੍ਹ ਦੇ ਵਿੱਚੋਂ ਟੈਲੀਫੋਨ ਬਰਾਮਦ ਹੋ ਗਏ, ਸਮਾਰਟਫੋਨ ਮਿਲ ਗਏ, ਪੈਸੇ ਬਰਾਮਦ ਹੋ ਗਏ, ਨਸ਼ਾ ਬਰਾਮਦ ਹੋ ਗਿਆ। ਜਦ ਤੁਸੀਂ ਜੇਲ੍ਹਾਂ 'ਚ ਸੀ ਉਦੋਂ ਵੀ ਇਹ ਸਾਰਾ ਕੁਛ ਇਸੇ ਤਰ੍ਹਾਂ ਜਿਉਂਦਾ ਤਿਉਂ ਚੱਲਦਾ ਸੀ? ਬਿਲਕੁਲ ਇੱਦਾਂ ਚੱਲਦਾ ਸੀਗਾ ਜੀ, ਬਿਲਕੁਲ ਇੱਦਾਂ ਹੀ ਚੱਲਦਾ, ਉਦੋਂ ਵੀ ਫੋਨ ਅੰਦਰ ਆ ਰਹੇ ਸੀਗੇ। ਹਾਂ, ਸਭ ਕੁਛ ਆਉਂਦਾ ਜੀ, ਸਭ ਕੁਛ ਆਉਂਦਾ ਜੀ, ਮਿਲੀ ਭੁਗਤ ਦੇ ਨਾਲ ਆਉਂਦਾ। ਹੁਣ ਮੈਂ ਉਹੀ ਤਾਂ ਗੱਲ ਕਰ ਰਿਹਾ। ਅੱਛਾ, ਕਿਹੜੇ ਹੀਲੇ ਹੁੰਦੇ ਆ, ਕਿਸ ਤਰ੍ਹਾਂ ਕੀ ਪ੍ਰੋਸੈਸ ਕੀ ਹੁੰਦਾ, ਮਤਲਬ ਕਿਵੇਂ ਫੋਨ ਅੰਦਰ ਆਉਂਦਾ, ਕੁਛ ਮਾੜਾ ਮੋਟਾ ਜੇ ਤੁਹਾਨੂੰ ਅੰਦਾਜ਼ਾ ਹੋਵੇ? ਦੋ ਤਰੀਕੇ ਹੁੰਦੇ ਜੀ। ਇੱਕ ਤਰੀਕਾ ਹੁੰਦਾ ਹੈਗਾ ਕਿ ਤੁਸੀਂ ਆਪਣੀ ਚੁਸਤੀ ਦੇ ਨਾਲ, ਆਪਣੀ ਚਲਾਕੀ ਦੇ ਨਾਲ, ਉਹ ਕਿੱਦਾਂ ਭਲਾ, ਤੁਹਾਡੀ ਮੁਲਾਕਾਤ ਕਰਨ ਵਾਸਤੇ ਕਿਸੇ ਨੇ ਆਉਣਾ, ਜਦੋਂ ਮੁਲਾਕਾਤ ਕਰਨ ਵਾਸਤੇ ਆਇਆ, ਤੁਸੀਂ ਉਹਨੂੰ ਇਹ ਗੱਲ ਮੰਨ ਲਓ ਕਹਿਤੀ ਕਿ ਮੈਨੂੰ ਜੇਲ੍ਹ ਦੇ ਵਿੱਚ ਫਲਾਨੀ ਚੀਜ਼ ਪੁੱਜਦੀ ਕਰ ਦੇ ਜਦੋਂ ਅਗਲੀ ਵਾਰ ਮੁਲਾਕਾਤ 'ਤੇ ਆਏਗਾ। ਅਗਲਾ ਮੁਲਾਕਾਤ ਕਰਨ ਵਾਸਤੇ ਆਇਆ, ਮੰਨ ਲਓ ਤੁਹਾਡੇ ਤੁਸੀਂ ਇੱਕ ਛੋਟਾ ਜਿਹਾ ਫੋਨ ਐਡਾ ਕੁ ਉਹ ਜੇਲ੍ਹ ਦੇ ਵਿੱਚ ਤੁਸੀਂ ਚਾਹੁੰਦੇ ਹੋ, ਅਤੇ ਤੁਸੀਂ ਇੱਕ ਸਾਬਣ ਦੀ ਚਾਕੀ ਲਈ, ਉਹਦੇ ਵਿੱਚ 4 ਚਾਕੀਆਂ ਹੁੰਦੀਆਂ, ਪੂਰਾ ਪੈਕਟ ਜਿਹੜਾ ਹੁੰਦਾ ਸਾਬਣ ਨੂੰ ਵਿੱਚੋਂ ਕੱਟਿਆ, ਚਾਕੂ ਜਿਹੇ ਦੇ ਨਾਲ ਇਹਦਾ ਖਾਂਚਾ ਜਿਹਾ ਬਣਾ ਕੇ ਉਹਦੇ ਵਿੱਚ ਫੋਨ ਫਿੱਟ ਕਰ ਦਿੱਤਾ ਲਿਫਾਫੇ 'ਚ ਲਪੇਟ ਕੇ, ਉਹ ਤੋਂ ਬਾਅਦ ਫਿਰ ਉਹ ਜਿਹੜਾ ਸਾਬਣ ਹੈਗਾ ਉਹਨੂੰ ਪਰਵੈਨ ਪੁੱਲ ਕਰਕੇ ਇੱਕੋ ਜਿਹਾ 15 ਜਿਹਾ ਕਰਕੇ ਫਿਰ ਜਿਹੜਾ ਪੈਕਟ ਸੀ ਇੱਦਾਂ ਹੀ ਬੰਦ ਕਰ ਦਿੱਤਾ। ਜਿੱਥੇ ਹੋਰ ਸਮਾਨ ਜਾਣਾ, ਜੇਲ੍ਹ ਦੇ ਅੰਦਰ ਵਰਤੋਂ ਵਾਲਾ ਕੱਪੜੇ ਜਾਣੇ ਆ, ਸਾਬਣ ਜਾਣਾ, ਤੇਲ ਹੋਰ, ਉੱਥੇ ਨਾਲ ਦੀ ਨਾਲ ਉਹ ਸਾਬਣ ਵੀ ਜਦੋਂ ਅੰਦਰ ਜਾਊਂਗਾ
ਜੇ ਉੱਥੇ ਜਦੋਂ ਬਾਹਰ ਚੈਕਿੰਗ ਹੁੰਦੀ ਆ ਫੜਿਆ ਗਿਆ ਤਾਂ ਫਿਰ ਇੱਕ ਕੇਸ ਹੋਰ ਪੈ ਸਕਦਾ ਹੁੰਦਾ ਹੈ, ਜਿਹੜਾ ਲੈ ਕੇ ਆਇਆ ਉਹਤੇ ਵੀ ਪੈ ਸਕਦਾ ਹੁੰਦਾ ਹੈ। ਇੱਕ ਤਾਂ ਹੈਗਾ ਜੀ ਇਹ ਤਰੀਕਾ ਜੇ ਚੱਲ ਗਿਆ ਅੰਦਰ ਤਾਂ ਵਾਪਸ, ਅਤੇ ਆਮ ਕਰਕੇ ਜਿਹੜਾ ਇੱਦਾਂ ਸਮਾਨ ਆ ਨਾ ਜੀ ਇਸ ਤਰੀਕੇ ਦੇ ਨਾਲ ਬਹੁਤ ਘੱਟ ਵਾਰ ਜਾਂਦਾ। ਤੁਸੀਂ ਬਹੁਤ ਘੱਟ ਇੱਦਾਂ ਦੀਆਂ ਖਬਰਾਂ ਸੁਣੀਆਂ ਹੋਣਗੀਆਂ ਕਿ ਜੇਲ੍ਹ ਦੇ ਵਿੱਚ ਕੋਈ ਸਮਾਨ ਲੈ ਕੇ ਜਾ ਰਿਹਾ ਸੀਗਾ ਅਤੇ ਬਾਹਰ ਮੌਕੇ 'ਤੇ ਫੜਿਆ ਗਿਆ। ਆਉਂਦੀਆਂ ਨੇ ਖਬਰਾਂ ਪਰ ਬਹੁਤ ਘੱਟ ਆਉਂਦੀਆਂ ਨੇ। ਮੈਂ ਵੀ ਜਦੋਂ ਜੇਲ੍ਹ ਵਿੱਚ ਸੀਗਾ ਅਤੇ ਬਾਹਰ ਕਈ ਵਾਰ ਰੌਲਾ ਪੈਣਾ, ਡਿਊਟੀ 'ਚ ਅਸੀਂ ਭੱਜਿਆ ਨਾ ਜਾਣਾ ਵੀ ਵੇਖੇ ਵੇਖੇ ਕੀ ਹੋਇਆ ਉੱਥੇ, ਜਦੋਂ 'ਤੇ ਜਾ ਕੇ ਵੇਖਣਾ ਅਤੇ ਰੌਲਾ ਪੈਣ ਡਿਆ ਹੋਣਾ ਸੀਗਾ ਕਿ ਫਲਾਨਾ ਬੰਦੇ ਦੀ ਮੁਲਾਕਾਤ ਕਰਨ ਕੋਈ ਆਇਆ ਸੀਗਾ ਅਤੇ ਉਹ ਆਹ ਚੀਜ਼ਾਂ ਲੈ ਕੇ ਆਇਆ ਤਾਂ ਉੱਥੇ ਰੌਲਾ ਪੈਂਦਾ ਹੁੰਦਾ ਸੀਗਾ। ਇਹ ਇੱਕ ਦੂਜਾ ਤਰੀਕਾ ਜਿਹੜਾ ਸਭ ਤੋਂ ਕਾਰਗਰ ਤਰੀਕਾ ਹੈਗਾ ਨਾ ਜੀ, ਜਿਹਦਾ ਕੋਈ ਰੌਲਾ ਨਹੀਂ ਪੈਂਦਾ ਜਾਂ ਜਿਹਦਾ ਜ਼ਿਆਦਾ ਰੌਲਾ ਪੈਂਦਾ ਕਈ ਵਾਰਾਂ, ਉਹ ਇਹ ਹੁੰਦਾ ਬਾਅਦ 'ਚ ਪੈਂਦਾ ਰੌਲਾ, ਪਹਿਲਾਂ ਰੌਲਾ ਨਹੀਂ ਪੈਂਦਾ ਹੈਗਾ, ਉਹ ਹੈਗਾ ਮਿਲੀ ਭੁਗਤ ਦੇ ਨਾਲ। ਜਦੋਂ ਕਹਿ ਲਓ ਵੀ ਕੁੱਤੀ ਚੋਰ ਦੇ ਨਾਲ ਰਲ ਜਾਵੇ, ਕੁੱਤੀ ਜਦੋਂ ਚੋਰ ਦੇ ਨਾਲ ਰਲ ਜਾਵੇ ਉਸ ਵੇਲੇ ਜਿਹੜੀ ਵਾਰਦਾਤ ਹੁੰਦੀ ਹੈ ਉਹ ਫਿਰ ਮਿਲੀ ਭੁਗਤ ਨਾਲ ਹੁੰਦੀ ਹੈ, ਉਹ ਛੇਤੀ ਕਿਤੇ ਫੜੀ ਨਹੀਂ ਜਾਂਦੀ, ਫਿਰ ਉਹਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਸਹਿਜੇ ਕਿਤੇ ਲੱਭ ਨਹੀਂ ਹੁੰਦੇ। ਜਦੋਂ ਜੇਲ੍ਹ ਦੇ ਅੰਦਰ ਰੌਲਾ ਪੈਂਦਾ, ਆਪਸ ਵਿੱਚ ਕੋਈ ਕੈਦੀ ਲੜ ਪਏ, ਉਸ ਲੜੇ ਹੋਏ ਜਦੋਂ ਲੜਾਈ ਹੁੰਦੀ ਆ ਉਹਦੇ ਵਿੱਚ ਫਿਰ ਉਹ ਇੱਕ ਦੂਜੇ 'ਤੇ ਦੋਸ਼ ਲਾਉਂਦੇ ਆ, ਫਿਰ ਉਹਨਾਂ ਨੂੰ ਫਿਕਰ ਪੈ ਜਾਂਦਾ ਜੇਲ੍ਹ ਦੇ ਕਰਮਚਾਰੀਆਂ ਨੂੰ ਵੀ ਕਿਤੇ ਲੜਨ ਵਾਲਾ ਜਿਹੜਾ ਇਹਦਾ ਵਿਰੋਧੀ ਆ ਮੇਰੇ 'ਤੇ ਦੋਸ਼ ਨਾ ਲਾ ਦੇਵੇ, ਭਈ ਇਹ ਬੰਦੇ ਜਿਹੜੇ ਹੈਗੇ ਨਾਲ ਮੁਲਾਜ਼ਮ ਇਹ ਵੀ ਨਾਲ ਸ਼ਾਮਿਲ ਆ, ਉਸ ਵੇਲੇ ਫਿਰ ਮਿੰਟੋ ਮਿੰਟ ਹੀ ਉਹ ਜ਼ਾਹਰ ਵੀ ਕਰ ਦਿੰਦੇ ਹੈਗੇ ਆ। ਸੋ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਚੱਲਦਾ ਹੈਗਾ, ਵਰਨਾ ਅੰਦਰ ਸੂਈ ਵੀ ਨਹੀਂ ਜਾ ਸਕਦੀ, ਇੱਥੇ ਚਿੱਟਾ ਤੱਕ ਅੰਦਰ ਜਾਣ ਦਿਆ ਹੁੰਦਾ, ਕਿੱਦਾਂ ਜਾਂਦਾ ਭਲਾ ਜੀ? ਇਹ ਮਿਲੀ ਭੁਗਤ ਦੇ ਨਾਲ ਜਾਂਦਾ। ਆਹ ਜਿਹੜੀ ਆ ਇੰਟਰਵਿਊ ਵਾਲੀ ਗੱਲ ਹੈਗੀ ਆ, ਇਹ ਤਾਂ ਤੁਸੀਂ ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਵਾ। ਜੇਲ੍ਹ ਦੇ ਅੰਦਰ ਜੇ ਕੋਈ ਬੰਦਾ ਚੀਜ਼ ਲੈ ਗਿਆ, ਕੋਈ ਨਸ਼ਾ ਲੈ ਗਿਆ, ਉਹਨੇ ਅੰਦਰ ਨਸ਼ਾ ਕਰ ਲਿਆ, ਤੁਸੀਂ ਦੇਖੋ ਕਿੱਡੇ ਜਿਗਰੇ ਖੁੱਲੇ ਹੋਏ ਆ ਉਹਨਾਂ ਏਜੰਸੀਆਂ ਦੇ, ਉਹਨਾਂ ਸਰਕਾਰਾਂ ਦੇ ਲੋਕਾਂ ਨੂੰ। ਉਹ ਇੰਟਰਵਿਊ ਤਾਂ ਸ਼ਰੇਆਮ ਲੋਕਾਂ ਨੇ ਵੇਖਣੀ ਆ, ਔਰ ਉਹਨਾਂ ਲੋਕਾਂ ਨੇ ਵੀ ਵੇਖਣੀ ਆ ਜਿਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਅੰਦਰ ਹੈ, ਇਹਦੇ ਬਾਵਜੂਦ ਵੀ ਕਿੱਡਾ ਵੱਡਾ ਰਿਸਕ ਲੈ ਕੇ ਉਹ ਇੰਟਰਵਿਊਜ਼ ਕਰਵਾਈਆਂ ਜਾਂਦੀਆਂ ਨੇ, ਔਰ ਉਹਨਾਂ ਲੋਕਾਂ ਨੂੰ ਵਰਤਿਆ ਜਾਂਦਾ ਜਿਹਨਾਂ ਲੋਕਾਂ ਦੇ ਅੰਦਰ ਉਹਨਾਂ ਦੇ ਪ੍ਰਤੀ ਜ਼ਹਿਰ ਭਰਿਆ ਹੋਇਆ, ਉਹਨਾਂ ਲੋਕਾਂ ਦੇ ਕੋਲੋਂ ਇੰਟਰਵਿਊ ਕਰਵਾਈਆਂ, ਉਹਨਾਂ ਪੱਤਰਕਾਰਾਂ ਦੇ ਕੋਲ ਕਰਵਾਈਆਂ ਜਾਂਦੀਆਂ। ਤੁਸੀਂ ਕਰਕੇ ਵੇਖ ਲਓ ਕਿਸੇ ਦੇ ਨਾਲ ਇੰਟਰਵਿਊ, ਹੋ ਸਕਦਾ ਤੁਹਾਨੂੰ ਜੇਲ੍ਹ ਦੇ ਵਿੱਚੋਂ ਕੋਈ ਬੰਦਾ ਫੋਨ ਕਰਦਾ ਹੋਵੇ, ਸਾਹਿਬ ਸਿੰਘ ਜੀ ਤੁਸੀਂ ਪੱਤਰਕਾਰ ਹੋ, ਜੇਲ੍ਹ ਦੇ ਵਿੱਚ ਆਹ ਹੋ ਰਿਹਾ ਮੇਰੇ ਨਾਲ, ਆਹ ਵਧੀ ਕੀ ਹੋ ਰਹੀ ਹੈ, ਤੁਸੀਂ ਉਸੇ ਗੱਲ ਨੂੰ ਨਸ਼ਰ ਕਰਕੇ ਵਿਖਾ ਦਿਓ ਇੱਕ ਵਾਰ, ਤਦ ਵੀ ਤੁਹਾਨੂੰ ਠੰਡ ਸੱਦ ਕੇ ਤੁਹਾਡੀ ਪੁੱਛ ਗਿੱਛ ਹੋਊਗੀ ਕਿ ਤੁਹਾਨੂੰ ਫੋਨ ਕਿਉਂ ਆਇਆ, ਤੁਹਾਨੂੰ ਹੀ ਫੋਨ ਕਿਉਂ ਆਇਆ। ਪਰ ਇੱਥੇ ਬਕਾਇਦਾ ਪਲਾਨ ਦੇ ਨਾਲ ਸਾਰਾ ਕੁਝ ਕੀਤਾ ਜਾਂਦਾ, ਔਰ ਇੰਟਰਵਿਊ ਵੀ ਕੋਈ ਫੋਨ 'ਤੇ ਨਹੀਂ ਹੋ ਰਹੀ, ਇੱਦਾਂ ਕਾਲ ਰਿਕਾਰਡ ਨਹੀਂ ਹੋ ਰਹੀ, ਬਕਾਇਦਾ ਵੀਡੀਓ ਰਿਕਾਰਡਿੰਗ ਹੋ ਰਹੀ ਹੈ। ਕਿਆ ਬਾਤ ਹੈ! ਵੀਡੀਓ ਵੀ ਤੁਸੀਂ ਦੇਖੋ ਕਿੰਨੀ ਕਲੈਰਿਟੀ ਦੇਖੋ ਤੁਸੀਂ ਕਿੰਨੀ ਹੈ। ਪਲੈਨ ਕਰਦੇ ਹੋ ਅੱਧੇ ਘੰਟੇ ਦੀ ਇੰਟਰਵਿਊ ਨੂੰ, ਪਲੈਨ ਕਰਨ ਵਾਸਤੇ ਪਹਿਲਾਂ ਕਿੰਨੀ ਤਿਆਰੀ ਦੀ ਜ਼ਰੂਰਤ ਹੁੰਦੀ ਹੈ, ਕਿਹੜੇ ਕਿਹੜੇ ਸਾਜੋ ਸਮਾਨ ਦੀ ਜ਼ਰੂਰਤ ਹੁੰਦੀ ਹੈ, ਆਪਾਂ ਪੱਤਰਕਾਰ ਪੱਤਰਕਾਰੀ ਜੁੜੇ ਸਾਨੂੰ ਪਤਾ ਇਸ ਗੱਲ ਦਾ, ਔਰ ਉਹ ਸਾਰਾ ਕੁਝ ਤੁਸੀਂ ਦੇਖੋ ਕਿੰਨਾ ਸਮਾਂ ਲੱਗਾ ਹੋਊਗਾ, ਅੰਦਰ ਕਿੰਨੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਊਗੀ, ਰੌਲਾ ਕਿਉਂ ਨਹੀਂ ਪਿਆ। ਅਸਲ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਕਿਉਂ ਹੈਗਾ, ਜੋ ਮੈਂ ਨਾ ਇਹਦਾ ਹਿਸਾਬ ਤਵਜਾ ਲਾਇਆ, ਅਸਲ ਦੇ ਵਿੱਚ ਨਾ ਜੀ ਕੁਛ ਲੋਕਾਂ ਦੇ ਅੰਦਰ ਟੈਰਰ ਦਹਿਸ਼ਤ ਫੈਲਾਉਣ ਦੀ ਇੱਕ ਵਜ੍ਹਾ ਵੀ ਹੁੰਦੀ ਆ। ਤੁਸੀਂ ਸੋਚ ਕੇ ਵੇਖੋ, ਸ਼ਾਇਦ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਲਾਰੈਂਸ ਬਿਸ਼ਨੋਈ ਆਪਣੇ ਆਪ ਦੇ ਵਿੱਚ ਕੀ ਹੈਗਾ, ਕਿਸੇ ਨੂੰ ਸ਼ਾਇਦ ਲੱਗਦਾ ਵੀ ਲਾਰੈਂਸ ਬਿਸ਼ਨੋਈ ਪਤਾ ਨਹੀਂ ਖਰੇ ਕਿੱਡੀ ਕੁ ਚੀਜ਼ ਆ, ਕੱਖ ਵੀ ਨਹੀਂ ਹੈਗਾ। ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਬੰਦ ਬੰਦਾ ਕੀ ਹੁੰਦਾ ਭਲਾ? ਕੁਝ ਵੀ ਨਹੀਂ ਹੁੰਦਾ ਹੈਗਾ ਉਹ। ਦਰਅਸਲ ਉਸ ਬੰਦੇ ਨੂੰ ਮੈਂ ਤੇ ਉਹਨੂੰ ਵਿਚਾਰਾ ਵੀ ਕਹਿੰਦਾ, ਭਲਿਆ ਅਕਲ ਨੂੰ ਹੱਥ ਮਾਰੋ। ਕਈ ਵਾਰ ਮੈਨੂੰ ਲੱਗਦਾ ਕਿ ਮੇਰਾ ਜਦੋਂ ਨਾਂ ਵਰਤਿਆ ਜਾਣਾ ਮੇਰੀ ਖਰੇ ਟੌਹਰ ਬਣ ਜਾਣੀ ਆ। ਭਲਿਓ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਹਾਨੂੰ ਐਜ਼ ਏ ਮੋਹਰਾ,
ਐਜ਼ ਏ ਟੂਲ ਕੇਵਲ ਵਰਤਿਆ ਜਾ ਰਿਹਾ। ਉਹ ਤਾਂ ਸਲਮਾਨ ਖਾਨ ਤੱਕ ਨੂੰ ਧਮਕੀਆਂ ਦੇ ਰਿਹਾ ਹੁੰਦਾ, ਤੁਸੀਂ ਸੋਚ ਕੇ ਵੇਖੋ ਤਾਂ ਸਹੀ, ਤੈਨੂੰ ਮਾਰ ਦਾਂਗੇ। ਕਦੀ ਦੋ ਬੰਦੇ ਉੱਥੇ ਸਲਮਾਨ ਖਾਨ ਨੂੰ ਮਾਰਨ ਜਾਂਦੇ, ਉਹਦੇ ਘਰ ਦੇ ਬਾਹਰ ਫਾਇਰਿੰਗ ਹੁੰਦੀ ਆ, ਉੱਥੇ ਉਹ ਫੜੇ ਜਾਂਦੇ ਆ, ਆ ਪਿੱਛੇ ਜਿਹਾ ਹੋਇਆ ਸੀਗਾ ਇੱਦਾਂ। ਤੋਂ ਇਹ ਸਾਰਾ ਕੁਛ ਇੱਦਾਂ ਚੱਲਦਾ ਹੈਗਾ। ਉਹ ਤਾਂ ਜੇਲ੍ਹ ਦੇ ਅੰਦਰ ਬੈਠ ਕੇ ਉਹ ਕੁਛ ਵੀ ਨਹੀਂ ਹੈਗਾ, ਐਜ਼ ਏ ਟੂਲ ਲੋਕਾਂ ਦੇ ਵਿੱਚ, ਖਾਸ ਲੋਕਾਂ ਦੇ ਵਿੱਚ ਟੈਰਰ ਫੈਲਾਉਣ ਦੇ ਲਈ ਵਰਤਿਆ ਜਾਂਦਾ। ਸ਼ਾਇਦ ਹੋਵੇ ਨਾ ਤਾਂ ਜਿਹੜੇ ਸਿੱਧੂ ਮੂਸੇ ਵਾਲੇ ਦੇ ਕਤਲ ਕੇਸ ਦੇ ਵਿੱਚ ਗਵਾਹ ਸੀਗੇ ਉਹਨਾਂ ਨੂੰ ਮੁਕਰਾਉਣ ਦੇ ਵਾਸਤੇ, ਕਈ ਵਾਰ ਇੱਦਾਂ ਹੁੰਦਾ ਜਿਹੜੇ ਗਵਾਹੀ ਦਿੱਤੀ ਹੁੰਦੀ ਨਾ ਜਿਨ੍ਹਾਂ ਨੇ, ਜਦੋਂ ਉਹ ਗਵਾਹੀ ਦੇਣ ਨੂੰ ਤਿਆਰ ਹੁੰਦੇ ਆ, ਉਹਨਾਂ ਨੂੰ ਪੁਲਿਸ ਵਾਲੇ ਵੀ ਕਹਿੰਦੇ ਆ, ਕਈ ਵਾਰ ਕਹਿੰਦੇ ਆ ਉਹਨਾਂ ਨੂੰ, ਸਾਰੇ ਕਹਿੰਦੇ ਵੀ ਕੋਈ ਨਾ ਤੁਸੀਂ ਡੱਟ ਕੇ ਗਵਾਹੀ ਦਿਓ, ਤੁਹਾਡੇ ਨਾਲ ਆ, ਤੁਹਾਡੀ ਪ੍ਰੋਟੈਕਸ਼ਨ ਕੀਤੀ ਜਾਊਗੀ, ਤੁਹਾਡੀ ਵਾਹ ਵੱਲ ਕੋਈ ਨਹੀਂ ਵੇਖ ਸਕੂੰਗਾ। ਪਰ ਜਦੋਂ ਇੱਦਾਂ ਦੀ ਕੋਈ ਇੰਟਰਵਿਊ ਬਾਹਰ ਆ ਜਾਵੇ ਕਿ ਆਪਣਾ ਪੜਿਆ ਵਿਚਾਰ ਲੈਣ, ਉਹ ਲੋਕ ਜਿਨ੍ਹਾਂ ਨੇ ਮੇਰੇ ਨਾਲ ਯੇ ਵੋ, ਆਪਣਾ ਪੜਿਆ ਵਿਚਾਰ ਲਵੇ, ਜਿਹਨੇ ਸਾਡੇ ਨਾਲ ਫਲਾਣਾ ਕੰਮ ਕੀਤਾ ਸੀਗਾ ਉਹਦਾ ਹਸ਼ਰ ਆ ਹੋਇਆ ਤਾਂ ਕਰਕੇ ਹੋਇਆ, ਸਲਮਾਨ ਖਾਨ ਉਹ ਵੀ ਚੇਤੇ ਰੱਖੇ, ਤੇਰਾ ਵੀ ਕੰਮ ਕੱਢਾਂਗੇ। ਹੁਣ ਜਦੋਂ ਇੱਦਾਂ ਦੀਆਂ ਗੱਲਾਂ ਜੇਲ੍ਹ ਵਿੱਚ ਬੈਠੇ ਬੰਦੇ ਦੇ ਮੂੰਹੋਂ ਸੁਣਨਗੇ ਉਹ ਗਵਾਹ, ਤਾਂ ਤੁਸੀਂ ਸੋਚ ਕੇ ਵੇਖੋ ਗਵਾਹੀ ਦੇਣ ਜਾਣ ਤੋਂ ਪਹਿਲਾਂ 100 ਵਾਰੀ ਸੋਚਣਗੇ ਨਾ, ਉਹ ਸੋਚਣਗੇ 100 ਵਾਰੀ ਉਹ। ਸੋ ਟੈਰਰ ਅਤੇ ਦਹਿਸ਼ਤ ਬਿਲਕੁਲ ਲੋਕਾਂ ਦੀ ਮਾਨਸਿਕਤਾ ਤੇ ਅਸਰ ਪਵੇਗਾ, ਪਰ ਮੇਰਾ ਸਵਾਲ ਇਹ ਹੈ ਕਿ ਪੁਲਿਸ ਕਿੱਥੇ ਸਟੈਂਡ ਕਰ ਰਹੀ ਹੈ? ਇੱਕ ਪਾਸੇ AGTF ਬਣਾਈ ਗਈ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ, ਸਪੈਸ਼ਲੀ ਗੈਂਗਸਟਰਸ ਨਾਲ ਨਜਿੱਠਣ ਵਾਸਤੇ, ਦੂਜੇ ਪਾਸੇ DGP ਗੌਰਵ ਯਾਦਵ ਇਸ ਗੱਲ ਦਾ ਦਾਅਵਾ ਕਰਦੇ ਰਹੇ ਕਿ ਇਹ ਪੰਜਾਬ 'ਚ ਨਹੀਂ ਹੋਈ, ਐਡੇ ਐਡੇ ਵੱਡੇ ਰੁਤਬੇ ਦੇ ਲੋਕ ਝੂਠੇ ਪੈ ਗਏ, ਮਿੰਟਾਂ 'ਚ ਝੂਠੇ ਪੈ ਗਏ, ਫਿਰ ਪ੍ਰਸ਼ਾਸਨ ਕਿੱਥੇ ਸਟੈਂਡ ਕਰ ਰਿਹਾ ਸਾਡਾ? ਪ੍ਰਸ਼ਾਸਨ ਕਿਤੇ ਵੀ ਨਹੀਂ ਸਟੈਂਡ ਕਰਦਾ ਜੀ। ਆਹ ਹੁਣ ਤੁਸੀਂ ਦੇਖ ਲਓ ਪ੍ਰਸ਼ਾਸਨ ਕਿਤੇ ਸਟੈਂਡ ਕਰਦਾ, ਜਾਖੜ ਸਾਹਿਬ ਦੇ ਬਿਆਨ ਹੈਗੇ ਆ ਜੀ, ਉਹ ਕਹਿੰਦੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ ਮਾਨ ਸਰਕਾਰ, ਜਾਖੜ ਸਾਹਿਬ ਦਾ ਭਾਵ ਹੋ ਗਿਆ BJP। ਅੱਗੇ ਆ ਜਾਓ, ਉਹ ਕਹਿੰਦੇ ਬਾਜਵਾ ਨੇ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਆ ਜੀ, ਠੀਕ ਆ ਜੀ। ਕਾਂਗਰਸ ਵਾਲੇ ਵੀ ਮੰਗ ਕਰਦੇ ਆ ਭਾਵੇਂ, ਇੱਧਰ ਮਜੀਠੀਆ ਸਾਹਿਬ ਉਹ ਕਹਿੰਦੇ ਕਿ ਨੈਤਿਕ ਜ਼ਿੰਮੇਵਾਰੀ ਨੂੰ ਚੁੱਕਦਿਆਂ ਹੋਇਆਂ ਅਸਤੀਫਾ ਦੇ ਦੇਣ ਭਗਵੰਤ ਮਾਨ। ਉਹ ਹੁਣ ਇੱਦਾਂ ਜਦੋਂ ਜਿਹੜੀਆਂ ਸਰਕਾਰਾਂ ਕਿੱਥੇ ਸਟੈਂਡ ਕਰਦੀਆਂ ਨੇ, ਸਰਕਾਰਾਂ ਜਦੋਂ ਸੱਤਾ ਤੋਂ ਬਾਹਰ ਹੁੰਦੀਆਂ ਨੇ, ਜਿਹੜੇ ਲੋਕ ਸੱਤਾ ਤੋਂ ਬਾਹਰ ਹੁੰਦੇ ਆ, ਜਿਹੜੀਆਂ ਪਾਰਟੀਆਂ ਵਾਲੇ, ਉਸ ਵੇਲੇ ਤਾਂ ਸਿਰਫ ਇੱਥੇ ਤੱਕ ਸਟੈਂਡ ਕਰਦੇ ਹੁੰਦੇ ਆ ਵੀ ਜਿਹੜੀ ਸੱਤਾ ਧਿਰ ਹੈਗੀ ਆ ਉਹ 'ਤੇ ਦੋਸ਼ ਲਾਉਣੇ, ਉਹਨੂੰ ਕਹਿਣਾ ਕਿ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਪਰ ਅਸਤੀਫੇ ਦੇ ਦਿਓ। ਇਹਨਾਂ ਨੂੰ ਮੈਂ ਸਵਾਲ ਕਰਨਾ ਚਾਹੁੰਦਾ ਵੀ ਜਦੋਂ ਤੁਹਾਡੇ ਰਾਜ ਭਾਗ ਦੇ ਵਿੱਚ ਤਾਂ ਬੇਅਦਬੀਆਂ ਤੱਕ ਹੋ ਗਈਆਂ, ਅਤੇ ਉਸ ਵੇਲੇ ਤੁਸਾਂ ਅਸਤੀਫੇ ਕਿਉਂ ਨਾ ਦਿੱਤੇ? ਤੁਸਾਂ ਆਪਣੇ ਉਹਨਾਂ ਨੂੰ ਜਿਹੜੇ ਆਪਣੀ ਸਿਸਟਰ ਦਾ ਸਹੁਰਾ ਹੁੰਦਾ ਜਿਹੜਾ ਵੀ ਉਹਨੂੰ ਮਾਸੜ ਜੀ ਕਹਿੰਦੇ ਸਾਡੇ ਇੱਧਰ ਮੇਰਾ ਖਿਆਲ ਆ, ਤੁਸੀਂ ਉਸ ਵੇਲੇ ਮਾਸੜ ਜੀ ਨੂੰ ਕਿਉਂ ਨਾ ਕਿਹਾ ਕਿ ਮਾਸੜ ਜੀ ਅਸਤੀਫਾ ਦੇ ਦਿਓ? ਤੁਸੀਂ ਉਸ ਵੇਲੇ ਜੀਜਾ ਜੀ ਨੂੰ ਕਿਉਂ ਨਾ ਕਿਹਾ ਕਿ ਅਸਤੀਫਾ ਦੇ ਦਿਓ? ਪਾਰਟੀਆਂ ਦਾ ਕੰਮ ਸਿਰਫ ਇੱਥੇ ਕਾ, ਹੁਣ ਭਗਵੰਤ ਮਾਨ ਉਹਨਾਂ ਦੀ ਸਰਕਾਰ ਕੱਲ੍ਹ ਨੂੰ ਚੱਲ ਜਾਵੇ ਕਿਸੇ ਹੋਰ ਦੀ ਆ ਜਾਵੇ, ਇਹਨਾਂ ਨੇ ਫਿਰ ਉਸ ਵੇਲੇ ਉਹਨਾਂ ਨੂੰ ਆਪਣਾ ਕਹਿਣ ਕਿ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਪਰ ਅਸਤੀਫਾ ਦੇ ਦਿਓ, ਇਹ ਬਸ ਇੱਥੇ ਕੇ ਖੜਦੇ, ਇਹਨਾਂ ਦਾ ਹੋਰ ਕੋਈ ਕੰਮ ਨਹੀਂ ਹੈਗਾ, ਨਾ ਕਦੀ ਇਹਨਾਂ ਨੇ ਅਸਤੀਫੇ ਦਿੱਤੇ, ਨਾ ਭਗਵੰਤ ਮਾਨ ਨੇ ਇਹਨਾਂ ਦੇ ਕਹਿਣ ਦੇ ਉੱਪਰ ਅਸਤੀਫਾ ਦੇਣਾ। ਬਸ ਲੋਕਾਂ ਨੇ ਦੇਖ ਦੇਖ ਕੇ ਪੜ੍ਹ ਪੜ੍ਹ ਕੇ ਇਹਨਾਂ ਦੇ ਬਿਆਨ ਖੁਸ਼ ਹੋਈ ਜਾਣਾ, ਲੈ ਵੀ ਸਾਡੀ ਪਾਰਟੀ ਵਾਲੇ ਬੋਲੇ ਆ, ਬੋਲੇ ਸਾਡੀ ਪਾਰਟੀ ਵਾਲੇ, ਮੰਗਿਆ ਉਹਨਾਂ ਨੇ ਅਸਤੀਫਾ। ਇੱਕ ਖੇਡ ਵਾ ਸਿਰਫ ਜਿਹੜੀ ਖੇਡੀ ਜਾਂਦੀ ਆ, ਪਰ ਇਹਦੇ ਪਿੱਛੇ ਜਿਹੜੀ ਚੀਜ਼ ਚੱਲ ਰਹੀ ਹੁੰਦੀ ਹੈ ਨਾ ਜੀ, ਉਹੀ ਥਿੰਕ ਟੈਂਕ, ਉਹੀ ਏਜੰਸੀਆਂ ਜਿਹੜੀਆਂ ਇਹ ਸਾਰੇ ਕਾਸੇ ਨੂੰ ਚਲਾਉਂਦੀਆਂ ਨੇ, ਉਹ ਗੱਲ ਹੁੰਦੀ ਆ ਮਹੱਤਵਪੂਰਨ, ਉਹ ਚੀਜ਼ਾਂ ਸਾਹਮਣੇ ਦੀਦੀਆਂ ਨਹੀਂ ਹੁੰਦੀਆਂ ਜਿਹੜੇ ਚਲਾ ਰਹੇ ਹੁੰਦੇ ਆ ਮੇਲਿਆਂ ਦੇ ਵਿੱਚ ਨਾ। ਹੁਣ ਅੱਜ ਕੱਲ੍ਹ ਤਾਂ ਹੈ ਨਹੀਂ ਆ, ਬੜਾ ਰਿਵਾਜ ਆ ਇੱਦਾਂ, ਨਿਆਣੇ ਦੀਆਂ ਖੇਡਾਂ ਵੀ ਬਦਲ ਗਈਆਂ, ਇੱਕ ਨਾ ਸਾਹਮਣੇ ਗੁੱਡੀਆਂ ਪਟੋਲੇ ਜਾਂ ਇੱਦਾਂ ਇਹ ਡਾਂਸ ਜਿਹਾ ਕਰਨ ਡੇ ਹੁੰਦੇ ਆ, ਬੱਚਿਆਂ ਨੂੰ ਲੱਗਦਾ ਹੁੰਦਾ ਵੀ ਖਰੇ ਇਹ ਖਿਡੌਣੇ ਜਿਹੇ ਆਪ ਡਾਂਸ ਕਰਦੇ ਆ, ਬੱਚਿਆਂ ਨੂੰ ਅਸੀਂ ਬੱਚੇ ਹੀ ਆ ਸਾਰੇ, ਅਤੇ ਜਿਹੜੇ ਵੱਡੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅਸਲ ਦੇ ਵਿੱਚ ਜਿਹੜੀ ਚੀਜ਼ ਉਹਨਾਂ ਨੂੰ ਧਾਗੇ ਬੰਨੇ ਹੋਏ ਹੁੰਦੇ ਆ, ਵੱਡਿਆਂ ਨੂੰ ਪਤਾ ਹੁੰਦਾ ਕਿ ਸਾਡੇ ਨਿਆਣੇ ਖੁਸ਼ ਹੋਣ ਡਿਆ, ਚਲੋ ਉਹ ਜਿਹੜੇ ਧਾਗੇ ਬੰਨੇ ਹੋਏ ਉਹ ਜਿਹੜਾ ਬੰਦਾ ਮੇਨ ਹੈਗਾ ਉਹ ਚਲਾਉਣ ਡਿਆ ਹੁੰਦਾ, ਜਿਹੜਾ ਖਿਡਾਰੀ ਹੁੰਦਾ ਆ। ਸੋ ਖਿਡਾਰੀ ਕੋਈ ਹੋਰ ਆ, ਆਹ ਸਾਰੀਆਂ ਵੀ ਖੇਡਾਂ ਹੀ ਆ,
ਆਮ ਲੋਕਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹ ਸਾਰੇ ਕਾਸੇ ਦੇ ਪਿੱਛੇ ਜਿਹੜੀਆਂ ਉਹ ਤਾਕਤਾਂ ਨੇ, ਏਜੰਸੀਆਂ, ਥਿੰਕ ਟੈਂਕ, ਉਹ ਕੰਮ ਕਰ ਰਹੇ ਨੇ ਔਰ ਉਹ ਕਿਸੇ ਨਾ ਕਿਸੇ ਏਜੰਡੇ ਦੇ ਤਹਿਤ ਸਾਰਾ ਕੁਝ ਕਰਨ ਡੇ ਹੁੰਦੇ ਆ। ਏਜੰਡੇ ਕੀ ਭਲਾ ਉਹਨਾਂ ਦੇ? ਜੀ 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 ਹਾਂ, ਜਿਹੜੇ ਏਜੰਡੇ ਉਹਨਾਂ ਦੇ ਹੈਗੇ ਆ ਵੀ ਇਸ ਵੇਲੇ ਦੀ ਜਿਹੜੀ ਸਰਕਾਰ ਹੈਗੀ ਆ ਜਾਂ ਇਸ ਵੇਲੇ ਦਾ ਜਿਹੜਾ ਥਿੰਕ ਜੋ ਸੋਚਦੇ ਆ ਕਰਦੇ ਆ RSS, ਭਈ ਇਸ ਮੁਲਕ ਨੂੰ ਆਪਾਂ ਹਿੰਦੂ ਰਾਸ਼ਟਰ ਦੇ ਰੰਗ ਵਿੱਚ ਰੰਗ ਦੇਣਾ, ਜਿਹੜੇ ਆਮ ਲੋਕ ਹੈਗੇ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਲੜਾ ਕੇ ਰੱਖਣਾ, ਪੰਜਾਬ ਅਤੇ ਹਰਿਆਣੇ ਵਾਲਿਆਂ ਨੂੰ, ਪੰਜਾਬ ਅਤੇ ਹਿਮਾਚਲ ਵਾਲਿਆਂ ਨੂੰ ਉਹਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ। ਜੇ ਕਿਸਾਨੀ ਸੰਘਰਸ਼ ਚੱਲਦਾ ਉਸ ਵੇਲੇ ਸਿਰ ਜੁੜ ਕੇ ਸੰਘਰਸ਼ ਕਰਦੇ ਆ, ਇਹਨਾਂ ਨੂੰ ਪਤਾ ਕਿ ਉਸ ਵੇਲੇ ਸਾਨੂੰ ਢਾਹ ਲੈਂਦੇ ਆ, ਇਹਨਾਂ ਨੂੰ ਇਹਦਾ ਤੋੜ ਤੋੜ ਕੇ ਰੱਖਣਾ। ਲਾਰੈਂਸ ਬਿਸ਼ਨੋਈ ਇਕੱਲਾ ਇੱਕ ਥੋੜ੍ਹੀ ਆ ਜੀ, ਇਹਦੇ ਵਰਗੇ ਕਈ ਹੋਰ ਮੋਹਰੇ ਹੈਗੇ, ਉਹਨਾਂ ਦੇ ਕੋਲ ਟੂਲ ਵਾ ਜਿਹਨਾਂ ਨੂੰ ਜਦੋਂ ਜ਼ਰੂਰਤ ਹੁੰਦੀ ਹੈ ਆਪਣੇ ਢੰਗ ਤਰੀਕੇ ਦੇ ਨਾਲ ਐਜ਼ ਏ ਟੂਲ ਵਰਤਦੇ ਆ। ਜਿੱਦਾਂ ਰੰਦਾ ਨਹੀਂ ਹੁੰਦਾ, ਰੰਦਾ ਇੱਕ ਟੂਲ ਵਾ ਮਿਸਤਰੀਆਂ ਵਾਸਤੇ, ਉਹ ਟੂਲ ਦੇ ਨਾਲ ਵਰਤਦੇ ਆ, ਵਰਤਣ ਤੋਂ ਬਾਅਦ ਉਹਨੂੰ ਧੋ ਧੋ ਕੇ ਸਾਫ਼ ਸੂਫ ਕਰਕੇ ਸਾਈਡ 'ਤੇ ਰੱਖ ਦਿੰਦੇ ਆ, ਅਲਮਾਰੀ ਬਣਾ ਕੇ ਟੰਗ ਦਿੰਦੇ ਆ ਵੀ ਆਹ ਦੇਖੋ ਉਹ ਟੂਲ ਵਾ ਜੀ ਬਸ ਇਹ। ਅੱਛਾ ਸੱਜਣ ਸਾਹਿਬ, ਤੁਹਾਡੀ ਇਸ ਗੱਲ ਤੋਂ ਨਾ ਮੈਨੂੰ ਯਾਦ ਆਈ ਗੱਲ ਮਲਵਿੰਦਰ ਸਿੰਘ ਮਾਲੀ ਹੋਣਾ ਦੀ, ਪੱਤਰਕਾਰ ਨੇ, ਤੁਸੀਂ ਜਾਣਦੇ ਹੋ ਬੜੇ ਮਕਬੂਲ ਪੱਤਰਕਾਰ ਨੇ, ਵਾਰ ਵਾਰ ਉਹ ਬੜੀਆਂ ਸੁਚੱਜੀਆਂ ਗੱਲਾਂ ਕੱਢ ਕੇ ਲੈ ਕੇ ਆਉਂਦੇ ਨੇ, ਕੁਝ ਇਹੋ ਜਿਹੀਆਂ ਚੀਜ਼ਾਂ ਕੱਢ ਕੇ ਲੈ ਕੇ ਆਉਂਦੇ। ਦੁਬਾਰਾ ਉਹਨਾਂ ਨੇ ਇੱਕ ਇਹੋ ਜਿਹੀ ਗੱਲ ਕੀਤੀ ਸੀ ਔਰ ਤੁਹਾਡੀ ਇਸ ਏਜੰਸੀ ਵਾਲੀ ਗੱਲ ਤੋਂ ਔਰ ਖਾਸ ਕਰਕੇ ਲਾਰੈਂਸ ਬਿਸ਼ਨੋਈ ਦੇ ਸੰਦਰਭ ਦੇ ਵਿੱਚ ਮੈਨੂੰ ਚੇਤੇ ਆ ਗਈ, ਕਹਿੰਦੇ ਕਿ ਸਪੈਸ਼ਲੀ ਜਦੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਹੈ ਉਹਦੇ ਵਿੱਚ ਹਿੰਦੂਤਵ ਤੇ ਹਿੰਦੂ ਰਾਸ਼ਟਰ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਇੱਕ ਸਮਾਂ ਸੀ ਲਾਰੈਂਸ ਬਿਸ਼ਨੋਈ ਕਦੀ ਭਗਤ ਸਿੰਘ ਦੇ ਬ੍ਰਾਂਡ ਵਾਲੀ ਸ਼ਰਟ ਪਾਉਂਦਾ ਸੀ, ਟੀ ਸ਼ਰਟ ਪਾਉਂਦਾ ਸੀ, ਕਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਵਾਲੀ ਟੀ ਸ਼ਰਟ ਪਾਉਂਦਾ ਸੀ, ਇਸ ਵਾਰ ਕਹਿੰਦੇ ਉਹ ਬੜੇ ਭਗਵੇਂ ਅੰਦਾਜ਼ ਦੇ ਵਿੱਚ ਆਇਆ ਹੋਇਆ ਸੀਗਾ। ਇਹ ਵੀ ਕਿਤੇ ਨਾ ਕਿਤੇ ਇਲਜ਼ਾਮ ਲਾਇਆ ਕਿ ਲਾਰੈਂਸ ਬਿਸ਼ਨੋਈ ਦੇ ਜ਼ਰੀਏ ਇਹ ਵੀ ਪ੍ਰਮੋਟ ਕੀਤਾ ਗਿਆ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਬਿਲਕੁਲ, ਮੈਂ ਜਿੱਦਾਂ ਪਹਿਲਾਂ ਕਹਿ ਕੇ ਹਟਿਆ ਨਾ ਜੀ ਵੀ ਇੱਕ ਜਿਹੜਾ ਉਹਨਾਂ ਦਾ ਏਜੰਡਾ ਆ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ, ਇਹ ਇੱਕ ਲੁਕਮਾ ਏਜੰਡਾ ਆ ਜਿਹੜਾ ਹੁਣ ਜਗ ਜ਼ਾਹਰ ਹੋ ਚੁੱਕਾ ਹੈਗਾ। ਬੇਸ਼ੱਕ ਉਸ ਲੁਕਮੇ ਏਜੰਡੇ ਨੂੰ ਸਰ ਕਰਨ ਦੇ ਵਾਸਤੇ ਇਸ ਕਿਸਮ ਦੇ, ਮੈਂ ਜਿੱਦਾਂ ਕਿਹਾ ਨਾ ਵੀ ਇਹ ਇਕੱਲਾ ਇਹ ਨਹੀਂ ਹੈਗਾ, ਇਹ ਤੋਂ ਜ਼ਿਆਦਾ ਹੋਰ ਬਹੁਤ ਵੱਖ ਵੱਖ ਤਰ੍ਹਾਂ ਦੇ ਟੂਲ, ਕਈ ਜ਼ਾਹਰ ਹੋ ਚੁੱਕੇ ਆ, ਕਈ ਜ਼ਾਹਰ ਨਹੀਂ ਹੋਏ, ਉਹ ਟੂਲ ਉਹਨਾਂ ਨੇ ਰੱਖੇ ਹੋਏ। ਲੁਕਮਾ ਏਜੰਡਾ ਤਾਂ ਉਹੀ ਹੈ, ਭਗਤ ਸਿੰਘ ਵਾਲੀ ਤੇ ਗੱਲ ਪਿੱਛੇ ਰਹਿ ਜਾਂਦੀ ਹੈ, ਕਰਤਾਰ ਸਿੰਘ ਸਰਾਭ ਵਾਲੀ ਗੱਲ ਪਿੱਛੇ। ਅਸਲ ਦੇ ਵਿੱਚ ਜਦੋਂ ਨਾ ਕੋਈ ਬੰਦਾ, ਹੁਣ ਮੈਨੂੰ ਤਾਂ ਤਰਸ ਵੀ ਆਉਂਦਾ ਹੈਗਾ ਕਈ ਵਾਰ ਨਾ ਬੰਦਾ ਕਿਸੇ ਨਾ ਕਿਸੇ ਚੱਕਰ ਵਿਊ ਦੇ ਵਿੱਚ ਫਸ ਜਾਂਦਾ। ਆਪਾਂ ਬਾਣੀ ਪੜ੍ਹਦੇ ਨਾ ਜੀ, ਗੁਰੂ ਸਾਹਿਬ ਜੀ ਨੇ ਸਾਨੂੰ ਵਾਰ ਵਾਰ ਇਸੇ ਕਰਕੇ ਸੁਚੇਤ ਕੀਤਾ ਸੀਗਾ ਕਿ ਭਲਿਆ ਇਹ ਜਿਹੜੀ ਦਲਦਲ ਵਾ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਇਹ ਕਿੱਦਾਂ ਦੀ ਦਲਦਲ ਵਾ, ਜਦੋਂ ਤੁਸੀਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਪ੍ਰਸਿੱਧ ਹੋਣ ਦੇ ਚੱਕਰਾਂ ਵਿੱਚ, ਮੋਟਾ ਪੈਸਾ ਉਗਰਾਉਣ ਦੇ ਚੱਕਰਾਂ ਵਿੱਚ, ਜਾਂ ਕੋਈ ਹੋਰ ਪੁੱਠੇ ਸਿੱਧੇ ਕੰਮ ਆਪਾਂ ਕਰਦੇ ਹੋ ਸਾਰੇ ਕਾਸੇ ਦੇ ਵਿੱਚ, ਫਿਰ ਤੁਸੀਂ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਗਲਤਾਨ, ਜਦੋਂ ਚਿੱਕੜ 'ਚ ਹੋ ਜਾਂਦੇ ਹੋ ਉਸ ਦਲਦਲ ਦੇ ਵਿੱਚੋਂ, ਫਿਰ ਨਿਕਲਣ ਦਾ ਕੋਈ ਤੁਹਾਡੇ ਕੋਲ ਰਾਹ ਨਹੀਂ ਹੁੰਦਾ ਹੈਗਾ। ਤੁਹਾਡੀ ਉਸ ਵੇਲੇ ਫਿਰ ਜਿਹੜਾ ਕੋਈ ਬਾਂਹ ਫੜਦਾ ਆ, ਜੇ ਤਾਂ ਕੋਈ ਸੁਚੱਜਾ ਬੰਦਾ ਤੁਹਾਡੀ ਬਾਂਹ ਫੜ ਲਵੇ ਤੇ ਤੁਹਾਨੂੰ ਖਰੇ ਪਾਸੇ ਲੈ ਜਾਵੇ ਉਹ, ਪਰ ਜੇ ਉਸ ਵੇਲੇ ਤੁਹਾਡੀ ਬਾਂਹ ਉਹ ਲੋਕ ਫੜਨ ਜਿਹੜੇ ਤੁਹਾਨੂੰ ਕਹਿਣ ਨਾਲ ਨਾਲ ਖਿੱਚੀ ਜਾਣ, ਨਾਲ ਨਾਲ ਫੜ ਕੇ ਤੁਹਾਨੂੰ ਦਲਦਲ ਦੇ ਵਿੱਚੋਂ ਨਾਲ ਨਾਲ ਕਹਿਣ 'ਤੇ ਕੋਈ ਗੱਲ ਨਹੀਂ, ਪੁੱਤ ਘਬਰਾਈ ਨਾ, ਅਸੀਂ ਤੇਰੇ ਨਾਲ ਆ, ਮਿਲ ਜੁਲ ਕੇ ਚੱਲ ਸਾਡੇ ਨਾਲ, ਕੋਈ ਗੱਲ ਨਹੀਂ। ਉਸ ਵੇਲੇ ਫਿਰ ਅਗਲਾ ਉਸੇ ਵੇਲੇ ਤਿਆਰ ਹੋਣ ਡਿਆ ਹੁੰਦਾ ਆ ਕਿ ਮੈਨੂੰ ਇਹ ਨਾਲ ਨਾਲ ਮਾੜਾ ਮੋਟਾ ਬਚਾ ਰਿਹਾ ਵੀ ਕੋਈ ਨਹੀਂ, ਹੁਣ ਮੈਂ ਇਹਨਾਂ ਦੇ ਮੁਤਾਬਕ ਹੀ ਚੱਲੂੰ। ਮਸਲਨ ਇੱਕ ਉਦਾਹਰਣ ਹੋਰ ਦੇ ਦਿੰਦਾ, ਹੋ ਸਕਦਾ ਕਈ ਕਹਿਣ ਪਈ ਕਿੰਨਿਆਂ ਦੀ ਗੱਲ ਕਰੀ ਜਾਣ ਰਿਹਾ, ਸੱਜਣ ਗਣਾਇਆ ਇੱਕ ਵੀ ਨਹੀਂ, ਆਪਾਂ ਕੰਗਣਾ ਰਣੌਤ ਗਣਾ ਲੈਂਦੇ ਹਾਂ ਜੀ। ਕੰਗਣਾ ਰਣੌਤ ਤੁਹਾਨੂੰ ਚੇਤੇ ਹੋਊਗਾ, ਕੋਈ ਸਮਾਂ ਤੁਸੀਂ ਪਿੱਛੇ ਪੁਰਾਣੀਆਂ ਜੇ ਕਿਤੇ ਵੀਡੀਓ ਲੱਭਣ ਤੇ ਅੱਗੇ ਨਾ, ਇਹ ਬਹੁਤ ਸਾਲ ਪਹਿਲਾਂ, ਕਈ ਸਮਾਂ ਪਹਿਲਾਂ ਮੈਂ ਸੁਣਦਾ ਹੁੰਦਾ ਸੀ ਉਹਨੂੰ, ਕਈ ਵਾਰ ਜਿੱਦਾਂ ਦੀ ਅੱਜ ਉਹ ਨਾ ਇੱਦਾਂ ਦੀ ਨਹੀਂ ਸੀ ਹੁੰਦੀ ਇਹ। ਇਹਨੇ ਆਪਣੇ ਬੈੱਡ ਜੇ ਦੇ ਉੱਪਰ ਬਹਿ ਜਾਣਾ, ਇੱਦਾਂ ਲੱਤਾਂ ਜਾਂ ਪਸਾਰ ਕੇ ਇਹਨੇ ਸੱਜੇ ਪਾਸੇ ਨੂੰ ਦੇਖਦੇ ਕਿ ਵੀਡੀਓ ਬਣਾਉਣੀ, ਖਰੀਆਂ ਖਰੀਆਂ ਹੀ ਤਕਰੀਬਨ ਗੱਲਾਂ ਬੋਲਦੀ ਹੁੰਦੀ ਸੀਗੀ। ਉਹ ਤੋਂ ਬਾਅਦ ਨਾ ਇਹਦਾ ਪੰਗਾ ਪੈ ਗਿਆ ਸ਼ਿਵ ਸੈਨਾ ਵਾਲਿਆਂ ਦੇ ਨਾਲ, ਉਹਨਾਂ ਨੇ ਬੰਬੇ ਦੇ ਵਿੱਚ ਇਹਦਾ ਘਰ ਕੋਰ ਤੇ ਇਹਦਾ ਦਫ਼ਤਰ ਵਗੈਰਾ ਭੰਨ ਦਿੱਤਾ। ਉਹ ਤੋਂ ਬਾਅਦ ਇਹ ਬਹੁਤ ਰੋਈ ਕੁਰਲਾਈ, ਇਹਦੀ ਕਿਸੇ ਨੇ ਬਾਂਹ ਨਾ ਫੜੀ, ਇਹਦੀ ਬਾਂਹ ਫੜੀ ਫਿਰ ਬੀਜੇਪੀ ਵਾਲਿਆਂ ਨੇ। ਜਦੋਂ ਉਹਨਾਂ ਨੇ ਬਾਂਹ ਫੜੀ
ਉਸ ਤੋਂ ਬਾਅਦ ਤੁਸੀਂ ਦੇਖ ਲਓ ਅੱਜ ਹੋਰ, ਕੱਲ੍ਹ ਹੋਰ, ਪਰਸੋਂ ਹੋਰ, ਅੱਜ ਹੋਰ ਦੀ ਹੋਰ ਹੀ ਹੋ ਕੇ ਅਤੇ ਹੋਰ ਹੀ ਹੋਰ ਹੋ ਚੁੱਕੇ ਆ। ਕਿਸਾਨ ਅੰਦੋਲਨ ਕਿਸਾਨਾਂ ਦੇ ਖਿਲਾਫ ਬੋਲਦੀ ਹੈ, BJP ਦੇ ਹੱਕ ਦੇ, ਉਹਨੂੰ ਕਿਹੜਾ ਕੁਛ ਪਤਾ ਨਹੀਂ ਹੈਗਾ। ਅਸਲ ਦੇ ਵਿੱਚ ਇਹ ਸਾਰੇ ਵਿਚਾਰੇ ਆ। ਉਸ ਤੋਂ ਬਾਅਦ ਕਿਸੇ ਨਾ ਕਿਸੇ ਕੰਗਣਾ ਕੰਗਣਾ ਰਣੌਤ ਦੀ ਤਾਂ ਚਲੋ ਤੁਸੀਂ ਕਹਿੰਦੇ ਕਿ BJP ਨੇ ਬਾਂਹ ਫੜ ਲਈ, ਹੁਣ ਇਹਦੇ ਹਿਸਾਬ ਨਾਲ ਕੀ ਆਪਾਂ ਇਹ ਮੰਨ ਲਈਏ ਕਿ ਲਾਰੈਂਸ ਬਿਸ਼ਨੋਈ ਦੀ ਵੀ BJP ਨੇ ਬਾਂਹ ਫੜ ਲਈ ਹੈ? ਨਹੀਂ, ਤੁਸੀਂ ਇੱਦਾਂ ਆਪਾਂ ਕਹਿ ਨਹੀਂ ਸਕਦੇ ਇੱਦਾਂ। ਇਹ ਇੱਕ ਲੁਕਵੀਂ ਗੱਲ ਹੁੰਦੀ ਆ। ਕਈ ਵਾਰ ਨਾ ਜਿਹੜੇ ਲੁਕਵੇਂ ਏਜੰਡੇ ਦੇ ਉੱਤੇ ਕੰਮ ਕਰਨ ਵਾਲੇ ਜਿਹੜੇ ਟੂਲ ਹੁੰਦੇ, ਜਿਹਨਾਂ ਨੂੰ ਵਰਤਦੇ ਹੈਗੇ ਆ, ਕਈ ਵਾਰ ਉਹ ਇਸ ਕਾਬਲ ਨਹੀਂ ਹੁੰਦੇ ਹੈਗੇ ਕਿ ਉਹ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਵੀ ਨਾਲ ਸ਼ਾਮਿਲ ਕਰਕੇ ਅਤੇ ਉਹਨਾਂ ਨੂੰ ਉਹਨਾਂ ਦਾ ਚਿਹਰਾ ਲੋਕਾਂ ਦੇ ਸਾਹਮਣੇ ਲਿਆਉਣ ਕਿ ਇਹ ਸਾਡੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕਾ ਹੈ। ਕਈ ਬੰਦੇ ਜਿੱਦਾਂ ਦੇਖੋ ਜਿੱਦਾਂ ਜਿੱਦਾਂ ਦੀ ਜਿਹਦੇ ਕੋਲ ਯੋਗਤਾ ਆ, ਉਹਨਾਂ ਨੂੰ ਲੱਗਦਾ ਹੁੰਦਾ ਕਿ ਇਹਦੇ ਕੋਲ ਉੱਦਾਂ ਦੀ ਯੋਗਤਾ ਹੈਗੀ ਆ, ਕੰਗਣਾ ਰਣੌਤ ਦੇ ਕੋਲ ਅਗਲੇ ਨੇ ਟਿਕਟ ਦੇ ਕੇ ਵੀ ਨਿਵਾਜਿਆ, ਉਹ ਤੋਂ ਬਾਅਦ ਜਿਤਾਇਆ ਵੀ, ਅਤੇ ਹੁਣ ਤੁਸੀਂ ਦੇਖੋ ਆ ਪਰਸੋਂ ਵੀ ਗੇੜੇ ਮਾਰਨ ਲਈ ਸੀਗੀ ਹਿਮਾਚਲ ਦੇ ਵਿੱਚ, ਵੀ ਹੜ ਆਏ ਹੋਏ ਆ। ਹੁਣ ਜਿਹਦੇ ਕੋਲ ਗੈਂਗਸਟਰ ਵਾਲੀ, ਜਿਹਨੂੰ ਲੱਗਦਾ ਕਿ ਮੈਂ ਥਾਪੀਆਂ ਮਾਰਦਾ ਆਪਣੇ ਪੱਟਾਂ ਦੇ ਉੱਪਰ, ਉਹਨਾਂ ਨੇ ਉਹਦੇ ਕੋਲ ਉਹ ਵਾਲਾ ਕੰਮ ਕਰਵਾ ਲੈਣਾ। ਗੈਂਗਸਟਰ ਜਿਹੜੇ ਤੁਸੀਂ ਗੱਲ ਕਰਦੇ ਸੀ ਇੱਥੇ, ਕਹਿੰਦੇ ਕਿ ਐਂਟੀ ਗੈਂਗਸਟਰ, ਹੁਣ ਜਿਹੜੇ ਗੈਂਗਸਟਰ ਮਾਰੇ ਗਏ ਆ, ਤੁਹਾਨੂੰ ਕੀ ਲੱਗਦਾ ਹੈਗਾ ਕਿ ਉਹ ਫੜੇ ਨਹੀਂ ਸੀ ਜਾ ਸਕਦੇ? ਗੈਂਗਸਟਰਾਂ ਦੇ ਐਨਕਾਊਂਟਰ ਕਿਉਂ? ਜਦੋਂ ਸਰਕਾਰ, ਜਦੋਂ ਉਹ ਮਿੱਥ ਲੈਂਦੇ ਆ ਨਾ ਕੁਛ ਵੀ, ਆਪਾਂ ਹੁਣ ਆਹ ਕੰਮ ਕਰਨਾ ਆ ਅਤੇ ਇੱਦਾਂ ਹੀ ਕਰਨੇ ਆ, ਫੇਕ ਐਨਕਾਊਂਟਰ ਹੀ ਕਰਨੇ ਆ, ਚਾਹੇ ਫੇਕ ਹੋਣ ਚਾਹੇ ਸੱਚੇ ਹੋਣ, ਮੁਕਾਬਲੇ ਜਿਹੜੇ ਉਹ ਹੁੰਦੇ ਆ ਉਸ ਵੇਲੇ, ਹੁਣ ਸਾਰਿਆਂ ਦੇ ਉੱਤੇ ਗੱਲ ਹੀ ਲੱਗ ਹੁੰਦੀ, ਸਾਰਿਆਂ ਦੇ ਵਿੱਚ ਇੱਦਾਂ ਹੋਇਆ ਵੀ ਫੇਕ ਕਰ ਦਿੱਤੇ। ਕਈ ਘਟਨਾਵਾਂ ਇੱਦਾਂ ਦੀਆਂ ਹੋਈਆਂ ਨੇ ਕਿ ਮੂਹਰੋਂ ਗੋਲੀ ਚੱਲੀ ਅਤੇ ਜਵਾਬੀ ਕਾਰਵਾਈ ਦੇ ਵਿੱਚ, ਪਰ ਜਿਹੜੇ ਇੰਟੈਲੀਜੈਂਟ, ਮੈਨੂੰ ਪਤਾ ਹੈਗਾ ਮੈਂ ਉਸ ਰਾਹ ਦਾ ਪੰਧ ਹੀ ਰਿਹਾ ਜੀ, ਜਦੋਂ ਨਾ ਤੁਹਾਨੂੰ ਪੁਲਿਸ ਅਰੈਸਟ ਕਰਨ ਵਾਸਤੇ ਆਉਂਦੀ ਹੈ, ਕਈ ਵਾਰ ਸਾਨੂੰ ਲੱਗਦਾ ਕਿ ਮੋਟੇ ਮੋਟੇ ਢਿੱਡਾਂ ਵਾਲੇ ਹੈਗੇ ਆ, ਤੁਸੀਂ ਫੜੇ ਹੀ ਨਹੀਂ ਹੁੰਦੇ ਉਹਨਾਂ ਕੋਲੋਂ, ਉਹ ਤੁਹਾਨੂੰ ਫੜ ਨਹੀਂ ਪਾਉਂਦੇ, ਪਰ ਜਦੋਂ ਤੁਹਾਨੂੰ ਖਾਸ ਕੇਸਾਂ ਦੇ ਵਿੱਚ ਜਿਹੜੇ ਬੰਦੇ ਫੜਨ ਆਉਂਦੇ ਆ ਨਾ ਤੁਹਾਡੇ ਘਰੇ, ਤੁਹਾਨੂੰ ਪਹਿਲਾਂ ਘੇਰਾ ਪਾ ਕੇ ਪਾਉਂਦੇ ਆ, ਬੜੀ ਪਲੈਨਿੰਗ ਦੇ ਨਾਲ ਘੇਰਾ ਪਾਉਂਦੇ ਆ ਤੁਹਾਨੂੰ, ਉਹ ਇੰਨੇ ਇੰਟੈਲੀਜੈਂਟ ਹੁੰਦੇ ਆ ਨਾ ਜੀ, ਉਹਨਾਂ ਦੀ ਪ੍ਰੈਕਟਿਸ ਇੰਨੀ ਜ਼ਬਰਦਸਤ ਹੁੰਦੀ ਆ ਕਿ ਜੇ ਨਾ ਉਹਨਾਂ ਨੇ ਉੱਚੀ ਕੰਧ ਟੱਪਣੀ ਹੋਵੇ ਤਾਂ ਪਿੱਛੋਂ ਥੋੜ੍ਹਾ ਜਿਹਾ ਦੌੜ ਕੇ ਇੱਕ ਪੈਰ ਕੰਧ ਦੇ ਉੱਪਰ, ਦੂਸਰਾ ਪੈਰ ਸੱਜਾ ਉਹ ਕੰਧ 'ਤੇ, ਤੀਜਾ ਪੈਰ ਕੰਧ 'ਤੇ ਲਾ ਕੇ, ਅਤੇ ਚੌਥਾ ਜਿਹੜਾ ਹੈਗਾ ਸਟੈਪ ਹੱਥ ਦੇ ਨਾਲ ਕੰਧ ਨੂੰ ਫੜ ਲੈਂਦੇ ਉੱਪਰੋਂ, ਇੱਦਾਂ ਕਰਕੇ ਕੰਧ ਟੱਪ, ਇੰਨੀ ਪ੍ਰੈਕਟਿਸ ਹੁੰਦੀ ਆ ਉਹਨਾਂ ਦੀ। ਔਰ ਇੰਨੀ ਪ੍ਰੈਕਟਿਸ ਦੇ ਮਾਲਕ ਕਿ ਉਹ ਉਹਨਾਂ ਨੂੰ ਫੜ ਨਹੀਂ ਸਕਦੇ ਹੁੰਦੇ, ਪਰ ਉਹ ਦਹਿਸ਼ਤ ਫੈਲਾਉਣ ਦੇ ਵਾਸਤੇ। ਹੁਣ ਕਿੱਦਾਂ ਬਣੇ ਗੈਂਗਸਟਰ? ਜਿਸ ਤਰੀਕੇ ਨਾਲ ਗੈਂਗਸਟਰ ਵੱਲ ਉਹਨਾਂ ਨੂੰ ਧਕੇਲਿਆ ਗਿਆ, ਉਹਨਾਂ ਨੂੰ ਤੇ ਵਾਪਸ ਮੋੜਨ ਦੀ ਜ਼ਰੂਰਤ ਸੀਗੀ, ਉਹਨਾਂ ਨੂੰ ਮੋੜਿਆ ਜਾ ਸਕਦਾ ਸੀਗਾ, ਪਰ ਜਿਹੜੇ ਨਹੀਂ, ਸ਼ਾਇਦ ਇਹਦਾ ਇਹ ਵੀ ਕਾਰਨ ਹੋਵੇ ਕਿ ਭਾਈ ਅਸੀਂ ਦੱਸ ਦਈਏ ਕਿ ਅਸੀਂ ਕੰਮ ਕਰ ਰਹੇ ਹਾਂ, ਕਿ ਇਹ AGTF ਜਿਹੜੀ ਬਣਾਈ ਹੋਈ ਹੈ ਉਹ ਕੰਮ ਕਰਦੀ ਪਈ, ਕਾਰਜਸ਼ੀਲ ਹੈਗੀ, ਕੋਈ ਉਂਗਲੀ ਨਾ ਚੱਕ ਦੇਵੇ ਉਸ ਵੇਲੇ। ਹਾਂ ਬਿਲਕੁਲ, ਕੰਮ ਕਰਕੇ ਵਿਖਾਉਂਦੇ ਆ ਨਾਲ ਉਹ ਆਪਣੇ ਵੱਲੋਂ, ਤੇ ਆਪਣੇ ਵੱਲੋਂ ਤੇ ਦੇਖੋ ਪ੍ਰਭਾਵ ਦਿੰਦੇ ਆ ਲੋਕਾਂ ਦੇ ਵਿੱਚ, ਲੋਕਾਂ ਨੂੰ ਵੀ ਐਂ ਲੱਗਣ ਲੱਗ ਪੈਂਦਾ ਵੀ ਲੈ ਵੀ ਇਹਨਾਂ ਨੇ ਖੜੇ ਦਹਿਸ਼ਤ। ਹੁਣ ਲੋਕਾਂ ਨੂੰ ਹੁਣ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਦਹਿਸ਼ਤ ਦੀ ਵਜ੍ਹਾ ਤਾਂ ਇੱਕ ਆਹ ਵੀ ਬਣਿਆ ਹੋਇਆ ਆ। ਅੱਛਾ, ਇੱਦਾਂ ਵੀ ਹੈਗਾ ਆ, ਇੱਦਾਂ ਦੇ ਬੰਦਿਆਂ ਨੂੰ ਸਮਝਣਾ ਚਾਹੀਦਾ ਹੁੰਦਾ ਕਿ ਜੇ ਲੋਕਾਂ ਨੂੰ ਇਹ ਲੱਗਣ ਲੱਗ ਪਵੇ ਨਾ, ਜਾਂ ਉਹਨਾਂ ਨੂੰ ਇਹ ਲੱਗੇ ਕਿ ਸਾਡਾ ਜਿਹੜਾ ਮਕਸਦ ਹੈਗਾ ਉਹਦੀ ਪੂਰਤੀ ਹੋ ਚੁੱਕੀ ਆ, ਜਾਂ ਸਾਡੀ ਮਕਸਦ ਦੀ ਪੂਰਤੀ ਜਿਸ ਤਰੀਕੇ ਨਾਲ ਹੋ ਸਕਦੀ ਆ, ਉਸ ਏਜੰਡੇ ਤੋਂ ਥੋੜ੍ਹੇ ਜਿਹਾ ਲਾਂਭੇ ਜਾ ਰਿਹਾ ਏ, ਹੋ ਸਕਦਾ ਇਹਦਾ ਵੀ ਕੰਮ ਕੱਢ ਦੇਣ, ਉਹ ਕੰਮ ਕੱਢਣ ਤੋਂ ਬਾਅਦ ਵੀ ਲੋਕਾਂ ਨੂੰ ਕਹਿਣ ਦੇਖੋ ਜੀ ਇਹ ਨਹੀਂ ਹਟਦਾ ਸੀਗਾ, ਬਹੁਤ ਰਿਹਾ ਸੀਗਾ, ਹੁਣ ਲੋਕਾਂ ਨੂੰ ਖੁਸ਼ ਵੀ ਕਰ ਸਕਦਾ, ਇੱਦਾਂ ਵੀ ਹੋ ਸਕਦਾ ਹੁੰਦਾ ਆ। ਆਪਣੇ ਮਿੱਥੇ ਹੋਏ ਨਿਸ਼ਾਨਿਆਂ ਨੂੰ ਸਰ ਕਰਨ ਦੇ ਵਾਸਤੇ ਉਹ ਕੁਛ ਵੀ ਕਰ ਸਕਦੇ ਹੁੰਦੇ ਆ, ਔਰ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਕੁਝ ਸਾਡੇ ਸਾਹਮਣੇ ਇਸ ਗੱਲ ਨੂੰ ਦੇਖੀਏ ਫਰੈਂਸ ਤਾਂ ਬੜੇ ਚਿਰ ਤੋਂ ਜੇਲ੍ਹ ਦੇ ਵਿੱਚ ਹੀ ਹੈ, ਔਰ ਕਈ ਕਹਿਣ ਵਾਲੇ ਇਹ ਵੀ ਕਹਿੰਦੇ ਆ ਕਿ ਠੀਕ ਹੈ ਵੱਖ ਵੱਖ ਸਮੇਂ ਦੇ ਉੱਤੇ ਲਾਰੈਂਸ ਨੂੰ ਆਪਣੇ ਤਰੀਕੇ ਨਾਲ, ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਕਿਉਂਕਿ ਇਹ ਆਪਣੇ ਆਪ 'ਚ ਬਹੁਤ ਵੱਡਾ ਇਲਜ਼ਾਮ ਬਣ ਸਕਦਾ ਆ ਆਉਂਦੇ ਸਮੇਂ ਦੇ ਵਿੱਚ।
ਦੇਖੋ ਇਲਜ਼ਾਮ ਤੇ ਬਣ ਹੀ ਚੁੱਕਾ ਹੈਗਾ ਆ, ਪਰ ਸਰਕਾਰ ਨੂੰ ਇਸ ਗੱਲ ਦੀ ਮਾਫ ਕਰਨਾ, ਸਰਕਾਰ ਕਹਿ ਹੋ ਰਿਹਾ ਮੇਰੇ ਕੋਲੋਂ, ਜਿਹੜਾ ਥਿੰਕ ਟੈਂਕ ਜਿਹੜੀਆਂ ਏਜੰਸੀਆਂ ਮੁਲਕ ਨੂੰ ਚਲਾਉਂਦੀਆਂ ਨੇ ਨਾ, ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਿਵੇਂ 1984 ਦੇ ਵਿੱਚ ਸਿੱਖਾਂ ਦੇ ਨਾਲ ਜੋ ਕੁਝ ਵਾਪਰਿਆ, ਅੱਜ ਤੇ ਬਾਹਰਲੇ ਜਿਹੜੇ ਮੁਲਕ ਹੈਗੇ ਆ ਉੱਥੋਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਮਤੇ ਤੱਕ ਵੀ ਪਾਸ ਹੋ ਚੁੱਕੇ ਨੇ। ਕਿਹੜੇ ਮਤੇ ਭਲਾ? ਵੀ ਭਾਰਤ ਦੇ ਵਿੱਚ ਸਾਨੂੰ 1984 ਨੂੰ ਸਿੱਖਾਂ ਦੀ ਨਸਲ ਕੁਸ਼ੀ ਹੋਈ ਸੀਗੀ, ਇਸ ਗੱਲ ਦਾ ਮਤਾ ਪਾਸ ਹੋ ਚੁੱਕਾ ਮੰਨ ਲਓ ਕਿਸੇ ਮੁਲਕ ਦੀ ਵਿਧਾਨ ਸਭਾ ਦੇ ਵਿੱਚ, ਉਹ ਤਾਂ ਗੱਲ ਇਸ ਲੈਵਲ ਤੱਕ ਜਾ ਪਹੁੰਚੀ ਹੈ, ਪਰ ਉਹਦੇ ਬਾਵਜੂਦ ਵੀ ਕੀ ਉਹ ਤੁਹਾਡਾ ਸ਼ਿਕਾਰ ਖੇਡਣੋਂ ਹਟ ਗਏ ਨੇ? ਉਹ ਤਾਂ ਬਿਆਨ ਦਿੰਦੇ ਆ, ਕਹਿੰਦੇ ਕਿ ਅਸੀਂ ਘਰ ਵਿੱਚ ਵੜ ਕੇ ਮਾਰਾਂਗੇ, ਉਹ ਤਾਂ ਕਦੀ ਪਾਕਿਸਤਾਨ ਦੇ ਵਿੱਚ, ਕਦੀ ਕੈਨੇਡਾ ਦੇ ਵਿੱਚ, ਕਦੀ ਇੰਗਲੈਂਡ ਦੇ ਵਿੱਚ, ਕਦੀ ਕਿਤੇ ਉਹ ਤਾਂ ਤੁਹਾਡੀ ਟਾਰਗੇਟ ਕਲੀਅਰ ਕਰ ਰਹੇ ਆ। ਹਾਲਾਂਕਿ ਅਮਰੀਕਾ ਵੀ ਇਲਜ਼ਾਮ ਲਾਉਂਦਾ ਸਰਕਾਰ ਦੇ ਉੱਪਰ, ਭਾਰਤ ਸਰਕਾਰ 'ਤੇ, ਹਾਲਾਂਕਿ ਕੈਨੇਡਾ ਦੀ ਸਰਕਾਰ ਉਹ ਵੀ ਇਲਜ਼ਾਮ ਲਾਉਂਦੀ ਹੈ, ਉਹਨਾਂ ਨੂੰ ਇੱਦਾਂ ਦੀ ਉਹਨਾਂ ਗੱਲਾਂ ਦੇ ਮੁਕਾਬਲੇ ਆਹ ਤਾਂ ਕੱਖ ਵੀ ਨਹੀਂ ਹੈਗਾ, ਉਹਨਾਂ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ। ਉਹਨਾਂ ਦੇ ਏਜੰਡੇ ਬਹੁਤ ਵੱਡੇ ਆ ਜੀ, ਆਹ ਤਾਂ ਗੱਲਾਂ ਹੀ ਬੜੀਆਂ ਛੋਟੀਆਂ ਆ, ਸੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ। ਜੇ ਪੈਂਦਾ ਹੁੰਦਾ ਤਾਂ ਫਿਰ ਉਹ ਸਾਧਵੀ ਪ੍ਰਗਿਆ ਠਾਕੁਰ ਸਿੱਖ ਕਿੰਨੇ ਸਮੇਂ ਤੋਂ ਰੌਲਾ ਪਾਉਂਦੇ ਆ? ਤੁਸੀਂ ਦੇਖੋ ਪੂਰੇ ਭਾਰਤ ਵਿੱਚ ਜੇ ਆਪਾਂ ਵੋਟਾਂ ਦੀ ਵੀ ਗੱਲ ਕਰ ਲਈਏ ਨਾ, ਸਿੱਖਾਂ ਦੀ ਗਿਣਤੀ ਘੱਟ ਵਾ ਤੇ ਜਿਹੜੇ ਮੁਸਲਮਾਨ ਭਾਈਚਾਰਾ ਉਹਨਾਂ ਦੀ ਗਿਣਤੀ ਜ਼ਿਆਦਾ ਆ, ਉਹਦੇ ਬਾਵਜੂਦ ਵੀ ਉਹ ਵੋਟਾਂ ਦੀ ਵੀ ਪਰਵਾਹ ਨਹੀਂ ਕਰਦੇ। ਸਾਹਿਬ ਸਿੰਘ ਜੀ ਉਹਨਾਂ ਦੇ ਏਜੰਡੇ ਆ, ਉਹਨਾਂ ਨੂੰ ਪਤਾ ਕਿ ਬਹੁ ਗਿਣਤੀ ਜਿਹੜੇ ਲੋਕ ਵਾ ਉਹ ਇਸ ਗੱਲ ਵਿੱਚ ਖੁਸ਼ ਕੀਤੇ ਜਾ ਸਕਦੇ ਆ ਕਿ ਮੁਸਲਮਾਨਾਂ ਦਾ ਘਾਟਾ ਹੁੰਦਾ, ਉਹਨਾਂ ਦਾ ਜੈਨੋਸਾਈਡ ਕਰ ਦਿਓ। 1984 'ਚ ਸਿੱਖਾਂ ਦਾ ਜੇ ਕਤਲੇਆਮ ਕੀਤਾ ਗਿਆ ਸੀਗਾ ਤਾਂ ਕੀ ਉਹ ਤੋਂ ਬਾਅਦ ਕਾਂਗਰਸ ਦੀ ਸਰਕਾਰ ਨਹੀਂ ਬਣੀ? ਤੁਰੰਤ ਬਾਅਦ 'ਤੇ ਕਾਂਗਰਸ ਦੀ ਸਰਕਾਰ ਬਣਦੀ ਆ। ਸੋ ਬਹੁ ਗਿਣਤੀ ਲੋਕ ਇਸ ਗੱਲ ਤੋਂ ਖੁਸ਼ ਹੁੰਦੇ ਆ, ਕਿਉਂਕਿ ਉਹਨਾਂ ਦੇ ਪ੍ਰਤੀ ਉਹਨਾਂ ਦੇ ਮਨਾਂ ਵਿੱਚ ਪਹਿਲਾਂ ਜ਼ਹਿਰ ਭਰਿਆ ਜਾਂਦਾ ਆਮ ਲੋਕਾਂ ਦੇ ਮਨਾਂ ਵਿੱਚ, ਅਖਬਾਰਾਂ ਮੀਡੀਏ ਦੇ ਰਾਹੀਂ, ਵੀ ਆਹ ਦੇਖੋ ਜੀ ਇਹਨਾਂ ਨੇ ਤਾਂ ਪਤਾ ਨਹੀਂ ਕੀ ਕਰ ਦੇਣਾ ਸਿੱਖਾਂ ਨੇ, ਆਹ ਦੇਖੋ ਜੀ ਦੇਸ਼ ਹਮਾਰੇ ਦੇਸ਼ ਕੀ ਪ੍ਰਧਾਨ ਮੰਤਰੀ ਕੋ ਮਾਰ ਡਾਲਾ, ਕਿਉਂ ਮਾਰ ਡਾਲਾ, ਕਿਉਂ ਮਾਰ ਡਾਲਾ ਵਾਲੀ ਜਿਹੜੀ ਗੱਲ ਹੈ ਨਾ, ਜਿਹੜੀ ਸ਼ੁਰੂ 'ਚ ਗੱਲ ਕੀਤੀ ਸੀਗੀ ਕਿ ਸਾਡੇ ਜਿਹੜੇ ਬੰਦੇ ਹੈਗੇ ਆ ਜੇ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਵੇ ਫਿਰ ਇੰਟਰਵਿਊਆਂ ਦਾ, ਉਹ ਵੀ ਆਪਣਾ ਪੱਖ ਦੁਨੀਆ ਸਾਹਮਣੇ ਰੱਖ ਸਕਣ ਵੀ ਮਾਰ ਡਾਲਾ ਹਮਲੇ ਇਸ ਲਈ ਮਾਰ ਡਾਲਾ, ਪੰਜਾਬ ਦੇ ਮੁੱਖ ਮੰਤਰੀ ਬਿਆਸ ਨੂੰ ਮਾਰ ਡਾਲਾ ਜਿਨ੍ਹਾਂ ਨੇ, ਉਹ ਤਾਂ ਕੋਰਟ ਵਿੱਚ ਬਕਾਇਦਾ ਬਿਆਨ ਦਿੰਦੇ ਆ ਕਿ ਅਸੀਂ ਹਾਂ ਇਹ ਕੰਮ ਕੀਤਾ ਔਰ ਕਿਉਂ ਕੀਤਾ, ਇਸ ਕਰਕੇ ਕੀਤਾ। ਜੇ ਉਹਨਾਂ ਦੀ ਵੀ ਇੰਟਰਵਿਊ ਹੋਈ ਹੁੰਦੀ ਭਾਈ ਜਗਤਾਰ ਸਿੰਘ ਤਾਰੇ ਵਰਗਿਆਂ ਦੀ ਤਾਂ ਉਹ ਆਪਣਾ ਪੱਖ ਦੁਨੀਆ ਨੂੰ ਰੱਖ ਸਕਦੇ ਸੀਗੇ, ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਇਸ ਕਰਕੇ ਕੀਤਾ ਯਾਰ, ਅਸੀਂ ਤਾਂ ਸਰਕਾਰ ਪਿੱਛੇ ਲੱਗ ਕੇ ਇਹਨਾਂ ਨੂੰ ਟੈਰੋਰਿਸਟ ਸਮਝੀ ਜਾਣ ਰਹੇ ਹਾਂ, ਮੀਡੀਆ ਪਿੱਛੇ ਲੱਗ ਕੇ। ਜੇ ਭਾਈ ਸਤਵੰਤ ਸਿੰਘ ਅਤੇ ਭਾਈ ਬਿਆਨ ਸਿੰਘ ਹੋਰਾਂ ਨੂੰ ਮੌਕਾ ਦਿੱਤਾ ਗਿਆ ਹੁੰਦਾ, ਜੇ ਭਾਈ ਹਰਜਿੰਦਰ ਸਿੰਘ ਜਿੰਨਾਂ ਦੇ ਭਾਈ ਸੁਖਦੇਵ ਸਿੰਘ ਸੁੱਖਾ ਜਿਹਨਾਂ ਨੂੰ 1992 ਦੇ ਵਿੱਚ ਫਾਂਸੀ 'ਤੇ ਲਟਕਾ ਕੇ ਸ਼ਹੀਦ ਕੀਤਾ ਗਿਆ ਸੀ, ਜੇ ਉਹਨਾਂ ਨੂੰ ਵੀ ਮੌਕਾ ਦਿੱਤਾ ਗਿਆ ਹੁੰਦਾ, ਉਹਨਾਂ ਦੀਆਂ ਜੇਲ੍ਹ ਚਿੱਠੀਆਂ ਪੜ੍ਹ ਕੇ ਵੇਖੋ, ਰਾਸ਼ਟਰਪਤੀ ਦੇ ਨਾਮੇ ਚਿੱਠੀ, ਸਿੱਖ ਕੌਮ ਦੇ ਨਾਮੇ ਚਿੱਠੀ, ਜੱਜ ਸਾਹਿਬ ਦੇ ਨਾਮੇ ਚਿੱਠੀ, ਜਿਹੜਾ ਜੁਰਮ ਇਕਬਾਲ ਕੀਤਾ ਜਨਰਲ ਵੈਦਿਆ ਵਾਲਾ, ਜੇ ਕਿਤੇ ਉਹ ਇੰਟਰਵਿਊ ਆਪਣੀ ਜ਼ੁਬਾਨੀ ਦੇ ਕੇ ਜਾਂਦੇ ਉਹ, ਤਾਂ ਤੁਸੀਂ ਸੋਚ ਕੇ ਵੇਖੋ ਲੋਕ ਅੱਜ ਉਹਨਾਂ ਨੂੰ ਟੈਰੋਰਿਸਟ ਨਾ ਸਮਝਦੇ ਹੁੰਦੇ। ਸੋ ਜਿਹਨਾਂ ਦੀਆਂ ਇੰਟਰਵਿਊਆਂ ਜ਼ਾਹਰ ਕਰਨੀਆਂ ਨੇ ਆਪਣੇ ਵਰਤਣ ਵਾਸਤੇ ਐਜ਼ ਏ ਟੂਲ ਜਿਹਨਾਂ ਨੂੰ, ਉਹਨਾਂ ਦੀਆਂ ਕਰਵਾਉਂਦੇ ਆ, ਜਿਹਨਾਂ ਦਾ ਪਤਾ ਹੈਗਾ ਕਿ ਇਹ ਹੱਕ ਸੱਚ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਵਾਲੇ ਸੱਚੇ ਸੁੱਚੇ ਆ, ਅਸਲ ਵਿੱਚ ਉਹ ਇਸ ਧਰਤੀ ਦੇ ਰਾਖੇ ਆ, ਪੂਰੀ ਮਾਨਵਤਾ ਦੇ ਭਲੇ ਵਾਲੇ ਕੰਮ ਕਰਦੇ ਆ ਉਹ, ਅਤੇ ਉਹਨਾਂ ਦੇ ਏਜੰਡੇ ਉਹ ਆ, ਫਿਰ ਉਹਨਾਂ ਨੂੰ ਇੱਦਾਂ ਦੀ ਸੋਚ ਵਾਲੇ, ਫਿਰਕੂ ਪ੍ਰਸਤ ਸੋਚ ਵਾਲੇ, ਇੱਕ ਰਾਸ਼ਟਰ ਇੱਕ ਭਾਸ਼ਾ ਦੇ ਇੱਕ ਝੰਡੇ ਇੱਦਾਂ ਦੀ ਸੋਚ ਰੱਖਣ ਵਾਲੇ, ਉਹ ਉਹਨਾਂ ਦੀਆਂ ਇੰਟਰਵਿਊ ਨਹੀਂ ਕਰਵਾਉਂਦੇ ਹੁੰਦੇ, ਉਹਨਾਂ ਨੇ ਤਾਂ ਲੁਕੋ ਕੇ ਰੱਖਦੇ ਆ, ਉਹਨਾਂ ਦੀ ਤਾਂ ਆਵਾਜ਼ ਤੱਕ ਵੀ ਨਹੀਂ ਨਿਕਲ ਦਿੰਦੇ ਹੁੰਦੇ। ਇੱਦਾਂ ਆ ਜੀ ਸਾਰੀ ਗੱਲਬਾਤ, ਇੱਦਾਂ ਖੇਡ ਖੇਡੀ ਜਾਂਦੀ ਸਾਰੀ। ਠੀਕ ਹੈ, ਬਿਲਕੁਲ ਇਹ ਉਹ ਵਿਚਾਰ ਜਿਹੜੇ ਸਰਦਾਰ ਸੱਜਣ ਹੋਣਾ ਨੇ ਤੁਹਾਡੇ ਤੱਕ ਰੱਖੇ, ਔਰ ਖਾਸ ਕਰਕੇ ਦੱਸਿਆ ਕਿ ਅੰਦਰੂਨ ਕੀ ਹਾਲਾਤ ਹੈਗੇ ਨੇ, ਖਾਸ ਕਰਕੇ ਜੇਲ੍ਹਾਂ ਦੇ ਅੰਦਰ ਕੀ ਹਾਲਾਤ ਹੈਗੇ ਨੇ, ਲਾਰੈਂਸ ਬਿਸ਼ਨੋਈ ਦੇ ਸੰਦਰਭ ਨਾਲ, ਮਾਲਵਿੰਦਰ ਸਿੰਘ ਮਾਲੀ ਪੱਤਰਕਾਰ ਜਿਹੜੇ ਨੇ ਉਹਨਾਂ ਦੇ ਸੰਦਰਭ ਨਾਲ,
ਕੱਲੀ ਕੱਲੀ ਗੱਲ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਸ ਤੋਂ ਬਾਅਦ ਕੀ ਹੋਣ ਜਾ ਰਿਹਾ ਇਹ ਕੋਈ ਨਹੀਂ ਜਾਣਦਾ। ਕਾਨੂੰਨੀ ਪੱਧਰ ਤੇ, ਪ੍ਰਸ਼ਾਸਨਿਕ ਪੱਧਰ ਤੇ ਕੀ ਕਿੱਥੇ ਸਟੈਂਡ ਕਰਦਾ ਇਹ ਮਾਮਲਾ, ਇਹ ਆਉਂਦੇ ਦਿਨਾਂ ਨੂੰ ਸ਼ਾਇਦ ਕਲੀਅਰ ਹੋਵੇ, ਪਰ ਅਜੇ ਤੱਕ ਇਹਦੇ ਬਾਰੇ ਪੂਰਨ ਤੌਰ ਦੇ ਉੱਤੇ ਕੋਈ ਗੱਲ ਕਹਿਣੀ ਮੁਸ਼ਕਿਲ ਹੋਵੇਗੀ। ਜੋ ਵੀ ਹੋਏਗਾ ਦੱਸਦੇ ਰਹਾਂਗੇ। ਬਹੁਤ ਸ਼ੁਕਰੀਆ। Subscribe to One India channel and never miss an update.